ਬਖਸ਼ੀ ਲਿਖਣੇ ਵਾਲਿਆਂ ਜੁਮਲਿਆਂ ਨੂੰ ਤੇ ਪੜ੍ਹਨੇ ਵਾਲਿਆਂ ਕਰੀ ਅਤਾ ਸਾਈਂ। ਬਖਸ਼ੀ ਲਿਖਣੇ ਵਾਲਿਆਂ ਜੁਮਲਿਆਂ ਨੂੰ ਤੇ ਪੜ੍ਹਨੇ ਵਾਲਿਆਂ ਕਰੀ ਅਤਾ ਸਾਈਂ। ਸੁਣਨੇ ਵਾਲਿਆਂ ਬਖਸ਼ੀ ਖੁਸ਼ੀ ਦੌਲਤ, ਜ਼ੌਕ ਸ਼ੌਕ ਦਾ ਰੱਖੀ ਚਾਹ ਸਾਈਂ। ਰੱਖੀ ਸ਼ਰਮ ਹਯਾ ਵੀ ਜੁਮਲਿਆਂ ਨੂੰ ਤੇ ਬੰਦ ਮੁੱਠੀ ਹੀ ਦੇਈ ਲਗਾ ਸਾਈਂ। ਵਾਰਿਸ ਸ਼ਾਹ ਤਮਾਮ ਇਮਾਮੀਆਂ ਨੂੰ ਦਈ ਦੀਨ ਇਮਾਮ ਲਕਾ ਸਾਈਂ, ਦਈ ਦੀਮ ਅਮਾਨ ਲਕਾ ਸਾਈਂ। ਵਾਰਿਸ ਸ਼ਾਹ ਜੀ ਦੀਆਂ ਇਹਨਾਂ ਲਾਈਨਾਂ ਨਾਲ ਮੈਂ ਹਾਜ਼ਰ ਹਾਂ ਜੀ ਜਗਤਾਰ ਸਿੰਘ ਜੱਗੀ। ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖਣ ਵਾਲੇ ਅਤੇ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਪਿਆਰੇ ਪਿਆਰੇ ਪੰਜਾਬੀਆਂ ਨੂੰ ਮੇਰੇ ਵੱਲੋਂ ਹਮੇਸ਼ਾ ਦੀ ਤਰ੍ਹਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਅਦਾਬ, ਸਲਾਮ, ਹੈਲੋ ਹੈ ਅਤੇ ਨਾਲ ਦੀ ਨਾਲ ਬਹੁਤ ਬਹੁਤ ਨਿੱਘਾ ਸਵਾਗਤ ਅੱਜ ਦੇ ਇਸ ਲਾਈਵ ਸ਼ੋਅ ਦੇ ਵਿੱਚ। ਗੱਲ ਅੱਜ ਅਸੀਂ ਕਰਾਂਗੇ ਜੀ ਵਾਰਿਸ ਸ਼ਾਹ ਜੀ, ਜੋ ਕਿ ਤੁਸੀਂ ਪਹਿਲਾਂ ਸ਼ੇਰ ਸੁਣੀ ਲਿਆ ਅਤੇ ਵਾਰਿਸ ਸ਼ਾਹ ਦਾ ਜ਼ਿਕਰ ਅਸੀਂ ਮੇਰੇ ਖਿਆਲ ਸ਼ਾਇਦ ਹੁਣ ਤੱਕ ਪ੍ਰੋਗਰਾਮ ਦੇ ਵਿੱਚ ਜ਼ਿਕਰ ਤਾਂ ਕੀਤਾ ਹੋਏਗਾ ਲੇਕਿਨ ਪ੍ਰੋਪਰ ਉਹਨਾਂ 'ਤੇ ਪ੍ਰੋਗਰਾਮ ਨਹੀਂ ਕੀਤਾ। ਸੋ ਅੱਜ ਵਾਰਿਸ ਸ਼ਾਹ ਜੀ ਦੀ ਗੱਲ ਕਰਾਂਗੇ, ਪਰ ਉਸ ਤੋਂ ਪਹਿਲਾਂ ਅਸੀਂ ਜਿਹੜਾ ਜ਼ਿਕਰ ਜ਼ਰੂਰ ਕਰਨਾ ਚਾਹਵਾਂਗੇ ਪੰਜਾਬ ਦੀ ਜਿਹੜੀ ਗੱਲ ਕਰੀ ਦੀ, ਭਾਰਤ ਦੀ ਗੱਲ ਕਰੀ ਦੀ ਥੋੜ੍ਹੀ ਬਹੁਤ। ਕਰੋਨਾ ਦੇ ਹਾਲਾਤ ਅੱਗੇ ਨੂੰ ਠੀਕ ਤਾਂ ਨਹੀਂ ਕਹਿ ਸਕਦੇ ਪਰ ਕੁਛ ਠੀਕ ਨੇ, ਯਾਨੀ ਜਿਹੜੇ 4 ਲੱਖ ਤੋਂ ਉੱਪਰ ਕੇਸ ਆਉਂਦੇ ਸੀ ਅਤੇ ਉਹ ਅੱਜ 4 ਲੱਖ ਤੋਂ ਘੱਟ ਆਏ ਨੇ, ਲਗਭਗ 3.5 ਲੱਖ ਤੋਂ ਵੀ ਘੱਟ ਹੀ ਆਏ ਨੇ। ਸੋ ਜੇ ਇਹ ਘਟਣ ਵਾਲੀ ਸਪੀਡ ਜਿਹੜੀ ਹੈ ਹੋਰ ਵੱਧ ਜਾਵੇ ਤਾਂ ਥੋੜ੍ਹਾ ਸੁਖਾਵਾਂ ਸਾਹ ਆ ਸਕਦਾ ਭਾਰਤ ਵੱਲੋਂ ਵੀ, ਥੋੜ੍ਹੀ ਠੰਡੀ ਹਵਾ ਭਾਰਤ ਵੱਲੋਂ ਵੀ ਆ ਸਕਦੀ ਹੈ, ਪਰ ਫਿਲਹਾਲ ਉੱਥੇ ਹਾਲਾਤ ਇਹੀ ਨੇ। ਜਿਹੜਾ ਕੋਈ ਇੰਡੀਆ ਤੋਂ ਇੱਥੇ ਆਉਂਦਾ ਬੰਦਾ ਅਤੇ ਉਹਦੇ ਤੋਂ ਵੀ ਹੁਣ ਐਂ ਚੱਲਦੇ ਨੇ ਵੀ ਜਿਵੇਂ ਪਤਾ ਨਹੀਂ ਵੀ ਇਹ ਹੁਣ ਬੰਬ ਹੀ ਆ ਜਿਹੜਾ ਸਾਡੇ ਕੋਲ ਆ ਕੇ ਫਟ ਜਾਣਾ। ਪਰ ਹੋਇਆ ਵੀ ਇਉਂ ਹੀ ਆ, ਕਹਿੰਦੇ ਇੱਥੇ ਕੋਈ ਫਰੀ ਮੋਡ ਦੇ ਵਿੱਚ ਬੰਦਾ ਆਇਆ ਸੀ ਇੰਡੀਆ ਤੋਂ ਰਿਪੋਰਟ ਲੈ ਕੇ ਨੈਗੇਟਿਵ ਦੀ, ਅਤੇ ਉਹ ਰਿਪੋਰਟ ਤੁਹਾਨੂੰ ਪਤਾ ਹੀ ਹੈ ਫਿਰ ਇੰਡੀਆ ਵਾਲੇ ਜਿਹੜੀ ਆ ਕਿੱਦਾਂ ਦਿੰਦੇ ਨੇ ਅਤੇ ਕਿਹੜੀ ਨੈਗੇਟਿਵ ਹੁੰਦੀ ਕਿਹੜੀ ਪੋਜ਼ੀਟਿਵ ਹੁੰਦੀ ਹੈ, ਕੋਈ ਲੈਣੀ ਔਖੀ ਨਹੀਂ। ਅਤੇ ਉਹਨੇ ਕਹਿੰਦੇ ਵੀ 20 ਬੰਦੇ ਜਿਹੜੇ ਉਹਨੂੰ ਮਿਲੇ ਨੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਗਿਆ, ਉਹਨਾਂ ਨੂੰ ਚੈੱਕ ਟੈਸਟ ਕੀਤਾ ਗਿਆ, ਕਿਉਂਕਿ ਭਾਰਤ ਦੇ ਵਿੱਚ ਜਿਹੜਾ ਹੁਣ ਕਰੋਨਾ ਹੈਗਾ ਉਹ ਬੜਾ ਖਤਰਨਾਕ ਆ। ਕਹਿੰਦੇ ਜਿਵੇਂ ਬਿੰਨੂ ਢਿੱਲੋਂ ਦਾ ਡਾਇਲਗ ਆ ਬੜਾ ਕੱਬਾ, ਇਵੇਂ ਇਹ ਬੜਾ ਕੱਬਾ ਜਿਹੜਾ ਕਰੋਨਾ ਭਾਰਤ ਦੇ ਵਿੱਚ ਆਇਆ ਇਹਦੇ ਤੋਂ ਰੱਬ ਬਚਾਵੇ। ਪ੍ਰੋਗਰਾਮ ਦੀ ਗੱਲ ਕਰਨ ਤੋਂ ਪਹਿਲਾਂ ਇੱਕ ਗੱਲ ਜ਼ਰੂਰ ਕਰਨੀ ਚਾਹਾਂਗੇ, ਕੱਲ੍ਹ ਮਦਰਜ਼ ਡੇ ਲੰਘ ਕੇ ਗਿਆ, ਮਾਵਾਂ ਦਾ ਦਿਨ। ਸੋ ਪਹਿਲਾਂ ਤਾਂ ਜੀ ਪੂਰੀ ਦੁਨੀਆ ਦੀਆਂ ਜਿੰਨੀਆਂ ਵੀ ਮਾਵਾਂ ਨੇ ਸਭ ਨੂੰ ਸਲਿਊਟ ਹੈ, ਸਭ ਦੇ ਚਰਨਾਂ ਦੇ ਵਿੱਚ ਸਲਿਊਟ ਕਰਦੇ ਹਾਂ ਅਸੀਂ, ਕਿਉਂਕਿ ਮਾਂ ਕਹਿੰਦੇ ਰੱਬ ਦਾ ਦੂਜਾ ਰੂਪ ਹੁੰਦੀ ਹੈ। ਇੱਕ ਮਾਂ ਹੀ ਐਸੀ ਹੁੰਦੀ ਹੈ ਜਿਹੜੀ ਕਿ ਹਰ ਰਮਜ ਬੱਚੇ ਦੀ ਸਮਝਦੀ ਹੈ। ਆਪਾਂ ਅਕਸਰ ਗੀਤ ਵੀ ਸੁਣੇ ਨੇ, ਮਾਂ ਹੁੰਦੀ ਹੈ ਮਾਂ ਉਹ ਦੁਨੀਆ ਵਾਲਿਓ, ਕੁਲਦੀਪ ਮਾਣਕ ਨੇ ਗਾਇਆ। ਅਤੇ ਉੱਦਾਂ ਵੀ ਦੇਖੀਏ ਤਾਂ ਅਸੀਂ ਆਪਾਂ ਆਪਣੇ ਆਪ 'ਤੇ ਦੇਖੀਏ ਤਾਂ ਕਿੰਨਾ ਔਖਾ ਹੋ ਕੇ ਮਾਵਾਂ ਪਾਲਦੀਆਂ ਨੇ ਬਾਅਦ ਦੇ ਵਿੱਚ, ਉਹ ਵੱਖਰੀ ਗੱਲ ਆ ਵੀ ਪੁੱਤਰ ਕਹਿੰਦੇ ਡੋਂਟ ਸ਼ੋ ਯੂਅਰ ਫੇਸ, ਇਹ ਵੀ ਅਕਸਰ ਅਸੀਂ ਵਿਸ਼ੇ ਤੁਹਾਡੇ ਨਾਲ ਸਾਂਝੇ ਕਰਦੇ ਰਹੀਦਾ, ਪਰ ਅੱਜ ਅਸੀਂ ਉੱਦਾਂ ਦੀ ਗੱਲ ਨਹੀਂ ਕਰਨੀ। ਮਦਰ ਡੇ ਲੰਘ ਕੇ ਗਿਆ, ਚਲੋ ਬੜੀ ਚੰਗੀ ਗੱਲ ਆ, ਸਾਰੇ ਮਦਰ ਡੇ ਨੂੰ ਮਨਾਉਂਦੇ ਨੇ। ਦੂਜੀ ਗੱਲ ਇਹ ਹੈ ਵੀ ਘੱਟੋ ਘੱਟ ਮਦਰ ਡੇ ਵਾਲੇ ਦਿਨ ਤਾਂ ਮਾਂ ਦੀ ਫੋਟੋ ਨਾਲ ਪਾਉਂਦੇ ਨੇ, ਉੱਦਾਂ ਤਾਂ ਭਾਵੇਂ ਪਾਉਣ ਨਾ ਪਾਉਣ। ਅਤੇ ਇੱਕ ਫੋਟੋ ਕਿਸੇ ਨੇ ਵਿਅੰਗ ਕੱਸਿਆ ਬੜਾ ਵੱਡਾ ਵੀ ਮਦਰ ਡੇ ਵਾਲੇ ਦਿਨ ਕੀ ਹਾਲਾਤ ਹੁੰਦਾ ਘਰ ਦੇ ਵਿੱਚ ਅਤੇ ਅਦਰ ਡੇ ਵਾਲੇ ਦਿਨ ਕੀ ਹੁੰਦੇ ਆ ਜੀ। ਇਹ ਫੋਟੋ ਦੇ ਵਿੱਚੋਂ ਸਾਫ਼ ਝਲਕੇਗਾ ਤੁਹਾਨੂੰ ਕਿ ਮਦਰ ਡੇ ਵਾਲੇ ਦਿਨ ਹਰੇਕ ਸੈਲਫੀ ਖਿੱਚਦੇ ਨੇ, ਹਰੇਕ ਬੰਦਾ ਮਾਤਾ ਦੇ ਕੋਲ ਜਾ ਕੇ ਪੁੱਛਦਾ ਵੀ ਕਿੱਦਾਂ ਠੀਕ ਹੋ, ਮਦਰ ਡੇ ਘੱਟੋ ਘੱਟ ਕਰਦਾ ਹੈਗਾ, ਵਿਸ਼ ਕਰਦਾ ਹੈਗਾ। ਅਤੇ ਆਮ ਤੌਰ 'ਤੇ ਦੇਖੋ ਜੀ ਫੋਟੋ ਤੁਸੀਂ ਦੇਖ ਸਕਦੇ ਹੋ, ਮਦਰ ਡੇ ਦੀ ਫੋਟੋ ਹੈਗੀ ਹੈ ਵੀ ਸਾਰੇ ਸੈਲਫੀਆਂ ਲੈ ਰਹੇ ਨੇ ਮਾਂ ਦੇ ਨਾਲ ਕਿ ਉਹਨੂੰ ਫੇਸਬੁੱਕ 'ਤੇ ਪਾਉਣਾ, ਸੋਸ਼ਲ ਮੀਡੀਆ 'ਤੇ ਸਾਂਝੀਆਂ ਕਰਨੀਆਂ। ਪਰ ਅਦਰ ਡੇ ਵਾਲੇ ਦਿਨ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ, ਦੁਬਾਰਾ ਫੋਟੋਗ੍ਰਾਫੀ ਦਿਖਾ ਦਿਓ, ਅਦਰ ਡੇ ਵਾਲੇ ਦਿਨ ਉਹ ਇਕੱਲੀ ਬੈਠੀ ਹੈ ਅਤੇ ਉਹਨੂੰ ਕੋਈ ਪੁੱਛਦਾ ਵੀ ਨਹੀਂ ਹੈਗਾ, ਚਾਹ ਪਾਣੀ ਤਾਂ ਜ਼ਰੂਰ ਦੀ ਗੱਲ ਆ, ਉਹ ਵੀ ਮੇਰੇ ਖਿਆਲ ਨਹੀਂ ਪੁੱਛਦਾ। ਇਹ ਸਾਰੇ ਘਰਾਂ ਦੀ ਸਥਿਤੀ ਨਹੀਂ ਹੈ, ਬਹੁਤ ਸਾਰੇ ਘਰਾਂ ਦੇ ਵਿੱਚ ਇਹ ਸਥਿਤੀ ਹੈਗੀ ਆ ਵੀ ਮਾਂ ਬਾਪ ਨੂੰ ਥੋੜ੍ਹੇ ਜਿਹਾ ਉਸ ਦਿਨ ਹੀ ਪੁੱਛਿਆ ਜਾਂਦਾ, ਫਾਦਰ ਡੇ ਵਾਲੇ ਦਿਨ ਫਾਦਰ ਨੂੰ ਅਤੇ ਮਦਰ ਡੇ ਵਾਲੇ ਦਿਨ ਮਦਰ ਨੂੰ। ਅਤੇ ਅਸੀਂ ਇੱਧਰਲੇ ਮੁਲਕਾਂ ਦੀ ਗੱਲ ਕਰੀਏ ਵੀ ਹੁਣ ਤਾਂ ਸਾਡੇ ਵਿੱਚ ਵੀ ਇਹ ਕਲਚਰ ਆ ਗਿਆ, ਪਹਿਲਾਂ ਅਸੀਂ ਕੈਸਟਾਂ ਦੇ ਵਿੱਚ ਅੱਜ ਤੋਂ 20-25 ਸਾਲ ਪਹਿਲਾਂ ਕਹਿੰਦੇ ਹੁੰਦੇ ਸੀ ਵੀ ਮਦਰ ਡੇ ਵਾਲੇ ਦਿਨ ਆਪਣੇ ਜਿਹੜੇ ਬਾਹਰਲੇ ਮੁਲਕਾਂ ਦੇ ਲੋਕ ਨੇ ਗੋਰੇ ਗੂਰੇ ਹੈਗੇ ਨੇ ਅਤੇ ਉਹ ਮਦਰ ਨੂੰ ਮਦਰ ਡੇ ਵਾਲੇ ਦਿਨ ਹੀ ਫੋਨ ਕਰਦੇ ਆ, ਉੱਦਾਂ ਤਾਂ ਨਹੀਂ ਪੁੱਛਦੇ ਮਦਰ ਹਾਓ ਆਰ ਯੂ, ਕੀ ਹਾਲ ਚਾਲ ਆ, ਠੀਕ ਹੈ, ਬਾਪੂ ਉਹੀ ਹੈ ਵੀ ਕਿ ਬਦਲ ਗਿਆ, ਕਿਉਂਕਿ ਇੱਧਰਲੇ ਮੁਲਕਾਂ 'ਚੋਂ ਵਿਅੰਗ ਕੱਸਿਆ ਸੀ ਵੀ ਕੋਈ ਪਤਾ ਨਹੀਂ ਤਲਾਕ ਵੀ ਕਿਹੜੇ ਵੇਲੇ ਹੋ ਜਾਂਦਾ। ਅਤੇ ਹੁਣ ਤਾਂ ਸਾਡੇ ਮੁਲਕਾਂ ਦਾ ਵੀ ਇਹੀ ਹਾਲ ਹੋ ਗਿਆ ਜੀ, ਮਦਰ ਡੇ ਵਾਲੇ ਦਿਨ ਕੀ ਪਹਿਲਾਂ ਸਾਨੂੰ ਮਦਰ ਡੇ ਦਾ ਨਹੀਂ ਪਤਾ ਹੁੰਦਾ ਸੀ, ਜਦੋਂ ਪਿੰਡਾਂ 'ਚ ਹੁੰਦੇ ਸੀ ਮਦਰ ਡੇ ਦਾ ਨਹੀਂ ਪਤਾ ਹੁੰਦਾ ਸੀ ਲੇਕਿਨ ਮਦਰ ਦਾ ਪਤਾ ਹੁੰਦਾ ਸੀ। ਹੁਣ ਅੱਜ ਕੱਲ੍ਹ ਦੇ ਜਵਾਕਾਂ ਨੂੰ
ਮਦਰ ਡੇ ਦਾ ਪਤਾ, ਮਦਰ ਦਾ ਇੰਨਾ ਨਹੀਂ ਪਤਾ ਮਦਰ ਕਿੱਥੇ ਆ ਕਿੱਥੇ ਨਹੀਂ। ਹੁਣ ਤਾਂ ਕਈ ਤਾਂ ਜਿਹੜੇ ਮੇਰੇ ਵਰਗੇ ਜ਼ਿਆਦਾ ਉੱਦਾਂ ਕਰਦੇ ਨੇ ਮਾਵਾਂ ਗਾਣਿਆਂ ਦੇ ਵਿੱਚ ਵੀ ਤਾਂ ਉੱਦਾਂ ਵੀ, ਅਤੇ ਉਹ ਫਿਰ ਮਦਰ ਡੇ ਵਾਲੇ ਦਿਨ ਫੋਨ ਕਰਕੇ ਉਦੋਂ ਦੋ ਕੁ ਦਿਨ ਪਹਿਲਾਂ ਪੁੱਛਦੇ ਨੇ ਮਾਤਾ ਕਿੱਥੇ ਹੋ, ਕਹਿੰਦੀ ਮੈਂ ਤਾਂ ਕੰਮ ਗਈ ਹਾਂ। ਉਹ ਐਂ ਕਰ 10 ਮਿੰਟ ਚਾਹੀਦੇ ਫੋਟੋ ਖਿੱਚਣੀ ਸੀ ਤੇਰੇ ਨਾਲ, ਇੱਕ ਤਾਂ ਫੇਸਬੁੱਕ 'ਤੇ ਪਾਉਣੀ ਸੀ ਮਦਰ ਡੇ ਵਾਲੇ ਦਿਨ। ਹੁਣ ਸਾਡੇ ਇਹ ਹਾਲਾਤ ਹੈ, ਪਰ ਮੈਂ ਬੇਨਤੀ ਇਹੀ ਕਰਦਾ ਜੀ, ਇਹ ਮਦਰ ਮਾਂ ਮਾਂ ਹੀ ਹੁੰਦੀ ਆ, ਅਤੇ ਉੱਦਾਂ ਚਲੋ ਇੱਕ ਜੋਕ ਜਿਹਾ ਵੀ ਅਸੀਂ ਕਿਸੇ ਕੀਤਾ ਸੀ ਮਾਤਾ ਭਾਰਤ ਮਾਤਾ, ਅਤੇ ਉਹ ਤਾਂ ਉਹਨੇ ਮਦਰ ਡੇ ਵਾਲੇ ਦਿਨ ਮਦਰ ਡੇ ਨਾਲ ਜੋੜਤਾ ਸੀ, ਜੋਕ ਸੀਗਾ ਪੰਜਾਬੀ ਮਾਂ ਬੋਲੀ ਦਿਵਸ, ਮਾਂ ਬੋਲੀ ਦਿਵਸ ਤੋਂ ਮਦਰ ਡੇ ਨਾਲ ਜੋੜ ਦਿੱਤਾ ਸੀ, ਮਦਰ ਨਾਲ ਜੋੜਨ ਵਾਲੇ ਨੇ ਪੁੱਠਾ ਬਣਾਤਾ ਸੀ ਉਹ। ਚਲੋ ਖੈਰ, ਅਸੀਂ ਇੱਕ ਵਾਰ ਫਿਰ ਪੂਰੀ ਦੁਨੀਆ ਦੀਆਂ ਮਾਵਾਂ ਜਿਹੜੀਆਂ ਦੁਨੀਆ ਦੇ ਵਿੱਚ ਹੈ ਉਹ ਚੜ੍ਹਦੀ ਉਮਰ ਦੀ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ, ਅਤੇ ਜਿਨ੍ਹਾਂ ਦੀਆਂ ਮਾਵਾਂ ਜਿਨ੍ਹਾਂ ਕੋਲੋਂ ਵਿਛੜ ਗਈਆਂ ਉਹ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ, ਮਾਵਾਂ ਨੂੰ ਅਤੇ ਉਹਨਾਂ ਦੇ ਨਿਆਣਿਆਂ ਨੂੰ ਸਮਤ ਬਖਸ਼ੇ ਕਿ ਭਾਈ ਵੱਡਿਆਂ ਦੀ ਇੱਜ਼ਤ ਕਰਨੀ ਚਾਹੀਦੀ ਹੈ। ਚਲੋ ਹੁਣ ਮੈਂ ਜਿਵੇਂ ਪਹਿਲਾਂ ਗੱਲ ਕੀਤੀ ਸੀ ਕਿ ਅੱਜ ਅਸੀਂ ਵਾਰਿਸ ਸ਼ਾਹ ਦੀ ਗੱਲ ਕਰਾਂਗੇ, ਊਂ ਤਾਂ ਹੀਰ ਦੀ ਗੱਲ ਆਉਂਦੀ ਹੈ ਅਤੇ ਵਾਰਿਸ ਸ਼ਾਹ ਦੀ ਗੱਲ ਨਾਲ ਮੱਲੋ ਮੱਲੀ ਆਉਂਦੀ ਹੈ, ਵਾਰਿਸ ਸ਼ਾਹ ਦੀ ਗੱਲ ਆਉਂਦੀ ਹੈ ਅਤੇ ਨੰਬਰ ਇੱਕ 'ਤੇ ਪਹਿਲਾਂ ਹੀਰ ਦਾ ਦਿਮਾਗ ਦੇ ਵਿੱਚ ਆ ਜਾਂਦੀ ਗੱਲ। ਅਤੇ ਜਦੋਂ ਕੋਈ ਬੰਦਾ ਵਾਰਿਸ ਸ਼ਾਹ ਦੀ ਕੋਈ ਬੁੱਕ ਲੈਣ ਜਾਂਦਾ ਹੀਰ ਕਿਤੇ ਕਿਤਾਬ ਦੇ ਇੱਥੋਂ ਦੁਕਾਨ ਤੋਂ, ਕਿਤਾਬਾਂ ਦੀ ਦੁਕਾਨ ਤੋਂ, ਅਤੇ ਉਹਨੂੰ ਕਹਿੰਦਾ ਵੀ ਭਾਈ ਮੈਨੂੰ ਵਾਰਿਸ ਸ਼ਾਹ ਦੀ ਹੀਰ ਦੇ ਦੇ, ਅਤੇ ਅੱਗੇ ਦੁਕਾਨਦਾਰ ਕਹਿੰਦਾ ਵੀ ਭਾਈ ਵਾਰਿਸ ਸ਼ਾਹ ਨੇ ਤਾਂ ਹੀਰ ਲਿਖੀ ਆ, ਹੀਰ ਤਾਂ ਰਾਂਝੇ ਦੀ ਸੀ, ਤੂੰ ਵਾਰਿਸ ਸ਼ਾਹ ਦੀ ਕਿਤਾਬ ਦੀ ਗੱਲ ਕਰਦਾ ਹੁਣ। ਉਹ ਕਹਿੰਦਾ ਹਾਂਜੀ ਕਿਤਾਬ ਦੀ ਉਹ ਗੱਲ ਕਰਦਾ। ਸੋ ਵਾਰਿਸ ਸ਼ਾਹ ਦਾ ਜ਼ਿਕਰ ਕਰਾਂਗੇ ਕਿ ਉਹਨਾਂ ਨੇ ਹੀਰ ਦੀ ਵੈਸੇ ਜ਼ਿਕਰ ਗੱਲ ਕੀਤੀ ਸੀ, ਪਰ ਅਸੀਂ ਉਹਨਾਂ ਦਾ ਬਾਕੀ ਵੀ ਜਿਹੜੀ ਜ਼ਿੰਦਗੀ ਆ ਉਹਦਾ ਵੀ ਜ਼ਿਕਰ ਅਸੀਂ ਜ਼ਰੂਰ ਕਰਾਂਗੇ, ਅਤੇ ਨਾਲ ਉਹਨਾਂ ਦੀਆਂ ਲਿਖੀਆਂ ਜਿਹੜੀ ਹੀਰ ਹੈਗੀ ਆ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਸੈਯਦ ਬਾਬਾ ਵਾਰਿਸ ਸ਼ਾਹ, ਸੈਯਦਾਂ ਦਾ ਮੁੰਡਾ ਸੀਗਾ ਜੀ, ਪਾਕਿਸਤਾਨ ਦੇ ਵਿੱਚ ਜਿੰਡਿਆਲਾ ਸ਼ੇਰ ਖਾਨ ਪਿੰਡ ਪੈਂਦਾ, ਉੱਥੇ ਹੀ ਇਹਨਾਂ ਨੇ ਜਨਮ ਲਿਆ ਅਤੇ ਅੰਤਲਾ ਸਮਾਂ ਵੀ ਉੱਥੇ ਹੀ ਇਹਨਾਂ ਨੇ ਬਿਤਾਇਆ ਆਪਦਾ ਅਖੀਰਲਾ ਸਮਾਂ। ਕਿਹਾ ਇਹ ਜਾਂਦਾ ਵੀ 23 ਜਨਵਰੀ 1722 ਨੂੰ ਇਹਨਾਂ ਦਾ ਜਨਮ ਹੋਇਆ ਸੀ ਜੰਡਿਆਲਾ ਸ਼ੇਰ ਖਾਂ ਦੇ ਵਿੱਚ, ਅਤੇ ਉਹ 1799 ਦੇ ਵਿੱਚ ਲਗਭਗ 1799 ਜਾਂ 1800 ਦੇ ਵਿੱਚ ਜੰਡਿਆਲਾ ਸ਼ੇਰ ਖਾਂ ਹੀ ਡੈੱਥ ਹੋਈ ਸੀਗੀ। ਕਹਾਣੀ ਬਹੁਤ ਇੰਟਰਸਟਿੰਗ ਇਹਨਾਂ ਦੀ, ਜੇ ਕਿਸੇ ਨੇ ਦੇਖੀ ਸੁਣੀ ਹੋਊਗੀ ਹੈਰਾਨ ਕਰਨ ਵਾਲੀ ਹੈ। ਅਸੀਂ ਬਾਬਾ ਵਾਰਿਸ ਸ਼ਾਹ ਕਹਿੰਦੇ ਹਾਂ, ਪੀਰ ਬਾਬਾ ਵਾਰਿਸ ਸ਼ਾਹ ਵੀ ਕਹਿੰਦੇ ਹਾਂ, ਸੈਯਦ ਵਾਰਿਸ ਸ਼ਾਹ ਵੀ ਕਹਿੰਦੇ ਹਾਂ, ਪਰ ਜੇ ਜਵਾਨੀ ਵੇਲੇ ਦੇ ਵਾਰਿਸ ਸ਼ਾਹ ਨੂੰ ਅਸੀਂ ਦੇਖਣਾ ਚਾਹੀਏ, ਸੁਣਨਾ ਚਾਹੀਏ, ਜੇ ਬਚਪਨ ਵਾਲੇ ਵਾਰਿਸ ਸ਼ਾਹ ਨੂੰ ਦੇਖਣਾ ਸੁਣਨਾ ਚਾਹੀਏ, ਤਾਂ ਉਹ ਬੁਢਾਪੇ ਵਾਲੇ ਵਾਰਿਸ ਸ਼ਾਹ ਨਾਲੋਂ ਜ਼ਮੀਨ ਅਸਮਾਨ ਦਾ ਫਰਕ ਹੈ ਜੀ, ਜ਼ਮੀਨ ਅਸਮਾਨ ਦਾ। ਮੁੱਢਲੀ ਸਿੱਖਿਆ ਕਹਿੰਦੇ ਇਹਨਾਂ ਨੇ ਆਪਣੇ ਪਿੰਡ ਹੀ ਕੀਤੀ ਸੀ ਹਾਸਲ ਸਾਰੀ, ਅਤੇ ਪਰ ਸੀਗੇ ਸ਼ਰਾਰਤੀ, ਜਵਾਨੀ ਦੇ ਵਿੱਚ ਪੈਰ ਧਰਿਆ ਜਦੋਂ, ਅਤੇ ਉਦੋਂ ਵੀ ਕਹਿੰਦੇ ਵੀ ਇਹਨਾਂ ਨੇ ਫਿਰ ਬੜਾ ਕੋਈ ਟਿਕ ਟੁੱਕ ਕੇ ਨਹੀਂ ਬੈਠੇ ਬਾਲੇ ਘਰੇ ਕਦੇ, ਇੱਕ ਰੋਮਾਂਟਿਕ ਕਿਸਮ ਦੇ ਬੰਦੇ ਮੰਨੇ ਜਾਂਦੇ ਸੀਗੇ, ਅੱਖਾਂ 'ਚ ਸੁਰਮਾ ਸੁਰਮ ਪਾ ਕੇ ਰੱਖਣ ਵਾਲੇ, ਅਤੇ ਜਵਾਨੀ ਦੇ ਵਿੱਚ ਵੀ ਕਿਤੇ ਕੋਈ ਗਾਉਣ ਵਾਲੀ ਗਵੰਤਰੀਆਂ ਲੱਗੀਆਂ ਹੋਣੀਆਂ, ਕਿਤੇ ਕੋਈ ਨਚਾਰ ਲੱਗੇ ਹੋਣੇ, ਕਿਤੇ ਕੋਈ ਕਵਾਲੀਆਂ ਦਾ ਪ੍ਰੋਗਰਾਮ ਚੱਲਦਾ ਹੋਣਾ, ਕਿਤੇ ਕੋਈ ਪੀਰ ਫਕੀਰ ਗਾ ਰਿਹਾ ਹੋਣਾ। ਮੁੱਖ ਦੀ ਗੱਲ ਕਿ ਹਰ ਤਰ੍ਹਾਂ ਦੀ ਗਾਇਕੀ ਦੇ ਵਿੱਚ ਇਹ ਸਾਰੀ ਸਾਰੀ ਰਾਤ ਉੱਥੇ ਬੈਠੇ ਰਹਿੰਦੇ ਸੀਗੇ, ਸਾਰੀ ਸਾਰੀ ਰਾਤ ਉੱਥੇ ਬੈਠੇ ਰਹਿੰਦੇ ਸੀਗੇ, ਅਤੇ ਇਹ ਘਰ ਦੇ ਵਾਲਾ ਦੁਖੀ ਸੀ ਵੀ ਤੂੰ ਪੜ੍ਹਦਾ ਪੜ੍ਹਦਾ ਚੱਜਣਾ ਹੈ ਨਹੀਂ, ਨਾ ਕੋਈ ਕੰਮ ਕਰਦਾ ਵੀ 24 ਘੰਟੇ ਇਹੋ ਜਿਹੇ ਕੰਮਾਂ 'ਚ ਰਹਿੰਦਾ, ਅਤੇ ਅਖੀਰ ਕਹਿੰਦੇ ਵੀ ਦੁਖੀ ਹੋ ਕੇ ਉਹ ਚੱਲ ਪਏ ਸੀ ਘਰੋਂ। ਕਿੱਥੇ ਚੱਲੇ ਸੀ, ਕੀ ਉਹਨਾਂ ਨੇ ਕੀਤਾ, ਇਹਦਾ ਅਸੀਂ ਜ਼ਿਕਰ ਕਰਾਂਗੇ ਇਸ ਗੀਤ ਤੋਂ ਬਾਅਦ। ਗੀਤ ਜਿਹੜਾ ਹੈਗਾ ਹੀਰ ਵਾਰਿਸ ਸ਼ਾਹ ਦੀ ਫਿਲਮ ਆਈ ਸੀ ਵਾਰਿਸ ਸ਼ਾਹ ਦੀ, ਗੁਰਦਾਸ ਮਾਨ ਅਤੇ ਜੂਹੀ ਚਾਵਲਾ ਨੇ ਉਹਦੇ 'ਚ ਕੰਮ ਕਰਿਆ ਸੀਗਾ, ਉਹ ਫਿਲਮ ਲਗਭਗ ਸਾਰੀ ਵਾਰਿਸ ਸ਼ਾਹ ਦੀ ਜ਼ਿੰਦਗੀ ਦੇ ਉੱਪਰ ਹੀ ਸੀਗੀ। ਗੁਰਦਾਸ ਮਾਨ ਨੇ ਵਾਰਿਸ ਸ਼ਾਹ ਦਾ ਉਹਦੇ 'ਚ ਰੋਲ ਅਦਾ ਕੀਤਾ ਸੀਗਾ, ਅਤੇ ਤਕਰੀਬਨ ਜਿੰਨੇ ਉਹਦੇ 'ਚ ਗੀਤ ਹੈਗੇ ਆ, ਕਾਫੀਆਂ ਨੇ, ਰੁਬਾਈਆਂ ਨੇ, ਉਹ ਵੀ ਵਾਰਿਸ ਸ਼ਾਹ ਦੀਆਂ ਹੈਗੀਆਂ ਨੇ। ਹੀਰ ਦੀ ਅਸੀਂ ਗੱਲ ਕਰੀਏ ਤਾਂ ਹੀਰ ਲਿਖਣ ਦਾ ਵੀ ਉਹਦਾ ਇੱਕ ਖਾਸ ਕਾਰਨ ਸੀਗਾ। ਹੀਰ ਲਿਖਣ ਵੇਲੇ ਵੀ ਮਤਲਬ ਮੁੱਕਦੀ ਗੱਲ ਇਹ ਹੈ ਵੀ ਉਹ ਵੀ ਉਹੋ ਜਿਹੇ ਮਾਹੌਲ 'ਚੋਂ ਲੰਘੇ ਸੀਗੇ ਜਿਹੋ ਜਿਹੇ ਮਾਹੌਲ 'ਚੋਂ ਹੀਰ ਅਤੇ ਰਾਂਝਾ ਲੰਘੇ ਸੀ, ਅਤੇ ਹੀਰ ਬਹੁਤ ਮਸ਼ਹੂਰ ਹੋਈ ਆ, ਸਾਰਿਆਂ ਨੇ ਹੀਰ ਗਾਈ ਆ, ਬਹੁਤ ਸਾਰੇ ਕਲਾਕਾਰਾਂ ਨੇ ਗਾਈ ਆ। ਫਿਲਮ ਦੇ ਵਿੱਚ ਵੀ ਇੱਕ ਵੱਖਰੀ ਤਰ੍ਹਾਂ ਦੀ ਹੀਰ ਹੈਗੀ ਆ ਹੀਰ ਵਾਰਿਸ ਸ਼ਾਹ ਦੇ ਵਿੱਚ ਜੀ, ਹੀਰ ਇਹ ਵੀ ਇੱਕ ਵੱਖਰੀ ਤਰ੍ਹਾਂ ਦੀ ਹੀਰ ਗਾਈ ਸੀ। ਵੈਸੇ ਹੀਰ ਦੀ ਕੰਪੋਜੀਸ਼ਨ ਤਕਰੀਬਨ ਇੱਕ ਜਿਹੀ ਹੈਗੀ ਆ ਜਿਹੜੀ ਅਸੀਂ ਅਕਸਰ ਦੇਖਦੇ ਸੁਣਦੇ, ਕਾਮਨ ਜੀ ਕੰਪੋਜੀਸ਼ਨ ਹੈਗੀ ਆ। ਗੁਲਸ਼ੇਰ ਸ਼ਾਹ ਇਹਨਾਂ ਦੇ ਪਿਤਾ ਜੀ ਦਾ ਨਾਮ ਸੀ, ਅਤੇ ਕਮਾਲ ਬਾਨੋ ਇਹਨਾਂ ਦੀ ਮਾਤਾ ਦਾ ਨਾਮ ਸੀਗਾ।
ਜਦੋਂ ਵੀ ਘਰ ਦੇ ਬਾਹਲੇ ਤਾਨੇ ਮੈਨੇ ਕਹਿੰਦੇ ਮਾਰਨ ਲੱਗ ਪਏ ਅਤੇ ਇਹ ਘਰੋਂ ਫਿਰ ਚਲ ਗਏ। ਕੋਈ ਹੈ ਨਹੀਂ ਸੀਗਾ ਟਿਕਾਣਾ ਜਿੱਥੇ ਜਾਣਾ ਸੀ, ਤੁਰੇ ਗਏ, ਘੁੰਮਦੇ ਫਿਰਦੇ, ਕਰਦੇ ਕਰਾਉਂਦੇ, ਤੁਰਦੇ ਫਿਰਦੇ ਅਖੀਰ ਇੱਕ ਕਹਿੰਦੇ ਕਸੂਰ ਪਿੰਡ ਪਹੁੰਚ ਗਏ। ਕਸੂਰ ਜਾ ਕੇ ਉੱਥੇ ਹਜ਼ਰਤ ਮੌਲਾਨਾ ਹਾਫਿਜ਼ ਮੁਰਤਜ਼ਾ ਸ਼ਾਹ ਦੀ ਸਿਗਿਰਦੀ ਕੀਤੀ ਇਹਨਾਂ ਨੇ, ਜਿੱਥੋਂ ਇਹਨਾਂ ਨੇ ਸਾਰਾ ਕੁਛ ਸਿੱਖਿਆ, ਸਾਰਾ ਕੁਛ ਜਿੰਨੇ ਕਲਾਮ ਵਗੈਰਾ ਇਤਿਹਾਸ ਪੜ੍ਹਿਆ, ਸੂਫੀ ਨੂੰ ਪੜ੍ਹਿਆ ਸੁਣਿਆ ਲਿਖਿਆ, ਉਹਨਾਂ ਦੀ ਸ਼ਗਿਰਦੀ ਕਰਨ ਤੋਂ ਬਾਅਦ ਉਸ ਤੋਂ ਬਾਅਦ ਇੱਕ ਪਿੰਡ ਜਿਹੜਾ ਸੀ ਠੱਠਾ ਯਾਦ ਪਿੰਡ ਨਾਮ ਦਾ ਪਿੰਡ ਸੀ, ਉਹਦੀ ਮਸੀਤ ਸੀ ਬਣੀ ਹੋਈ ਬਹੁਤ ਸੋਹਣੀ ਪਿੰਡ ਦੇ ਵਿੱਚ, ਉੱਥੇ ਇਹਨਾਂ ਨੇ ਜਾ ਕੇ ਡੇਰੇ ਲਾਏ। ਡੇਰੇ ਲਾ ਕੇ ਅਤੇ ਉੱਥੇ ਹੀ ਕਹਿੰਦੇ ਵੀ ਭਾਗ ਭਰੀ ਨਾਂ ਦੀ ਕੋਈ ਕੁੜੀ ਸੀਗੀ, ਜਿੱਥੇ ਇਹਨਾਂ ਦਾ ਇਸ਼ਕ ਮਜਾਜੀ ਹੋਇਆ। ਇਸ਼ਕ ਮਜਾਜੀ ਤੋਂ ਇਸ਼ਕ ਹਕੀਕੀ ਤੱਕ ਦਾ ਸਫ਼ਰ ਬੜਾ ਇੰਟਰਸਟਿੰਗ ਹੈ, ਬਹੁਤ ਵਧੀਆ ਹੈ। ਇਸ਼ਕ ਮਜਾਜੀ ਜਦੋਂ ਹੋਇਆ ਅਤੇ ਉਹ ਫਿਰ ਪਿੰਡ ਵਾਲਿਆਂ ਨੂੰ ਬੜਾ ਚੰਗਾ ਨਹੀਂ ਲੱਗਿਆ, ਉਹਨਾਂ ਨੇ ਫਿਰ ਉਹਨਾਂ ਨੂੰ ਉੱਥੋਂ ਕੱਢ ਕੁੱਢ ਦਿੱਤਾ, ਬੇਇੱਜ਼ਤੀ ਬੁਇੱਜ਼ਤੀ ਕਰਕੇ ਉੱਥੋਂ ਵਿਚਾਰੇ ਚਲ ਗਏ। ਅਤੇ ਉਦੋਂ ਬਾਅਦ ਉਹ ਇਸ਼ਕ ਹਕੀਕੀ ਵਾਲੇ ਪਾਸੇ ਤੁਰੇ ਸੀ, ਪਰ ਜਾਣ ਤੋਂ ਪਹਿਲਾਂ ਕਹਿੰਦੇ ਵੀ ਭਾਗ ਭਰੀ ਜਿਹੜੀ ਸੀਗੀ ਕੁੜੀ, ਅਤੇ ਉਹਨੇ ਕਿਹਾ ਸੀ ਵੀ ਤੂੰ ਲਿਖ ਕੁਛ ਕਿਤਾਬੇ ਇਸ਼ਕ ਲਿਖ। ਉਹਦੇ ਤੋਂ ਪ੍ਰੇਰਿਤ ਹੋ ਕੇ ਫਿਰ ਲੈਣ ਨੇ ਬਾਅਦ ਦੇ ਵਿੱਚ ਕਿਤਾਬੇ ਇਸ਼ਕ ਵੀ ਲਿਖੀ ਆ, ਬੜਾ ਕੁਛ ਲਿਖਿਆ। ਉਹਨਾਂ ਦੇ ਗੀਤ ਜਿਹੜੇ ਨੇ ਉਹ ਵੀ ਇੱਕ ਦੋ ਹੋਰ ਜਿਹੜੇ ਹੈਗੇ ਨੇ ਤੁਹਾਡੇ ਨਾਲ ਸਾਂਝੇ ਕਰਾਂਗੇ, ਨਾਲ ਦੀ ਨਾਲ ਜਿਹੜੇ ਹੈਗੇ ਆ ਬਾਕੀ ਵੀ ਕੋਈ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ, ਅਤੇ ਹੋਰ ਕੋਈ ਜਾਣਕਾਰੀ ਜਿਹੜੀ ਮੇਰੇ ਕੋਲ ਹੈਗੀ ਉਹ ਵੀ ਤੁਹਾਡੇ ਨਾਲ ਸਾਂਝੀ ਕਰਨ ਦੀ ਕੋਸ਼ਿਸ਼ ਕਰਾਂਗੇ। ਬਾਕੀ ਤੁਸੀਂ ਕਾਲ ਕਰਕੇ ਗੱਲਬਾਤ ਜਦੋਂ ਮਰਜ਼ੀ ਕਰ ਸਕਦੇ ਹੋ, ਜਿਹੜਾ ਮਰਜ਼ੀ ਵਿਸ਼ਾ ਤੁਸੀਂ ਰੱਖ ਸਕਦੇ ਹੋ। ਅੱਜ ਦੇ ਦਿਨ ਕੋਈ ਵੀ ਗੱਲਬਾਤ ਜਿਹੜੀ ਹੈ ਸੋਮਵਾਰ ਦੇ ਦਿਨ ਅਸੀਂ ਰਾਖਵਾਂ ਰੱਖਿਆ ਹੁੰਦਾ, ਕਿਉਂਕਿ ਕਈ ਵਾਰ ਵਿਸ਼ੇ 'ਤੇ ਜੋ ਗੱਲ ਕਰੀਦੀ ਹੈ ਬਹੁਤ ਸਾਰੇ ਲੋਕ ਉਸ ਵਿਸ਼ੇ ਬਾਰੇ ਜਾਣਦੇ ਨਹੀਂ ਹੁੰਦੇ ਜਾਂ ਗੱਲ ਨਹੀਂ ਕਰਨੀ ਚਾਹੁੰਦੇ। ਇਸ ਕਰਕੇ ਅੱਜ ਦਾ ਦਿਨ ਕੋਈ ਤੁਹਾਡੇ ਵਿੱਚ ਕਲਾ ਹੈ, ਕੋਈ ਵੱਖਰੀ ਤਰ੍ਹਾਂ ਦੀ ਲਿਖਣ ਦਾ ਸ਼ੌਕ ਹੈ, ਗਾਉਣ ਦਾ ਸ਼ੌਕ ਹੈ, ਤਾਂ ਅੱਜ ਦੇ ਦਿਨ ਅਸੀਂ ਪੂਰਾ ਕਰ ਸਕਦੇ ਹੁੰਦੇ। ਫਿਲਹਾਲ ਇੱਕ ਬ੍ਰੇਕ ਲੈਂਦੇ ਹਾਂ, ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੇ ਗੱਲਬਾਤ ਸਾਡੀ ਚੱਲ ਰਹੀ ਹੈ ਵਾਰਿਸ ਸ਼ਾਹ ਜੀ ਬਾਰੇ, ਖਾਸ ਤੌਰ 'ਤੇ ਹੀਰ ਦੀ ਗੱਲ ਜਿਹੜੀ ਆ ਅਸੀਂ ਕਰਦੇ ਹਾਂ ਵਾਰਿਸ ਸ਼ਾਹ ਦੇ ਨਾਲ। ਜਦੋਂ ਵਾਰਿਸ ਸ਼ਾਹ ਦੀ ਗੱਲ ਹੁੰਦੀ ਤਾਂ ਹੀਰ ਦੀ ਗੱਲ ਆਪਣੇ ਆਪ ਨਾਲ ਨਾਲ ਆ ਜਾਂਦੀ ਹੈ। ਗੱਲਬਾਤ ਹੋਰ ਵੀ ਉਹਨਾਂ ਦੀਆਂ ਕਾਫੀ ਨੇ, ਕਾਫੀ ਭਟਕਣ ਤੋਂ ਬਾਅਦ ਫਿਰ ਜਿਹੜੀ ਮੈਂ ਜਿਵੇਂ ਦੱਸਿਆ ਠੱਠਾ ਯਾਦ ਪਿੰਡ ਦੇ ਵਿੱਚ ਵੀ ਉੱਥੋਂ ਵੀ ਨਿਕਲ ਨੁਕਲ ਗਿਆ, ਅਤੇ ਮੁੜ ਕੇ ਜਦੋਂ ਉਹਨਾਂ ਕਿਤਾਬ ਲਿਖੀ ਤਾਂ ਜਿਉਂਦੇ ਜੀ ਉਹਨਾਂ ਨੂੰ ਕਾਫੀ ਵੱਡਾ ਨਾਮਨਾ ਜਿਹੜਾ ਮਿਲ ਗਿਆ ਸੀਗਾ ਜਦੋਂ ਉਹਨਾਂ ਨੇ ਕਿਤਾਬ ਵਾਰਿਸ ਸ਼ਾਹ ਹੀਰ ਵਾਰਿਸ ਸ਼ਾਹ ਲਿਖੀ ਹੈ। ਕਿਹਾ ਜਾਂਦਾ ਵੀ ਉਹ ਜਦੋਂ ਕਿਤਾਬ ਲਿਖਦੇ ਸੀ ਤਾਂ ਆਪਣੇ ਆਪ ਨੂੰ ਰਾਂਝੇ ਦੀ ਜਗ੍ਹਾ ਅਤੇ ਭਾਗ ਭਰੀ ਜਿਹੜੀ ਸੀ ਉਹਨੂੰ ਹੀਰ ਦੀ ਜਗ੍ਹਾ ਰੱਖ ਕੇ ਦੇਖਦੇ ਸੀਗੇ। ਅਤੇ ਆਪਾਂ ਨਾਲ ਨਾਲ ਕਾਲਾਂ ਲੈ ਲੈਂਦੇ ਹਾਂ ਜੀ, ਅਤੇ ਕਾਲਾਂ ਤੋਂ ਬਾਅਦ ਗੀਤ ਵੀ ਸੁਣਾਂਗੇ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਂਦੇ ਰਹੋ ਜੀ। ਹੈਲੋ ਜੀ, ਮਨਜੀਤ ਸਿੰਘ ਜੀ। ਹੈਲੋ, ਜੀ ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਹਾਂ ਠੀਕ ਠਾਕ, ਤੁਸੀਂ ਸੁਣਾਓ? ਬਸ ਵਧੀਆ ਜੀ, ਵਧੀਆ ਲੱਗੇ ਹੋਏ। ਹਾਂਜੀ ਹਾਂਜੀ, ਤੇ ਅੱਜ ਵਾਰਿਸ ਸ਼ਾਹ ਦਾ ਮੈਂ ਕਿਹਾ ਜ਼ਿਕਰ ਕਦੇ ਨਹੀਂ ਸੀ ਕੀਤਾ, ਬੜੀ ਇੰਟਰਸਟਿੰਗ ਸਟੋਰੀ ਇਹਨਾਂ ਦੀ ਹੈਗੀ ਹੈ। ਹਾਂਜੀ ਹਾਂਜੀ, ਇਹਨਾਂ ਦੀਆਂ ਕਵਿਤਾ ਕਵਿਤਾ ਦਾ ਕਾਫੀ ਯਾਦ ਸਿੱਖਿਆ। ਸਭ ਤੋਂ ਇੱਕ ਤਾਂ ਹੀਰ ਦੀ ਗੱਲ ਕਰੀ ਦੀ ਹੈ, ਇੱਕ ਜਿਹੜੀ ਵਾਰ ਵਾਰ ਇਹਨਾਂ ਦਾ ਮੁਹਾਵਰਾ ਉਹ ਵਰਤਿਆ ਜਾਂਦਾ ਵੀ ਵਾਰਿਸ ਸ਼ਾਹ ਨਾ ਆਤਾ ਜਾਂਦੀਆਂ ਨੇ ਭਾਵੇਂ ਕੱਟੀਏ ਪੂਰੀਆਂ ਪੂਰੀਆਂ। ਹਾਂਜੀ, ਪੂਰੀਆਂ ਪੂਰੀਆਂ ਨੇ। ਹਾਂਜੀ, ਤੇ ਇੰਡੀਆ ਤਾਂ ਥੋੜ੍ਹਾ ਠੀਕ ਲੱਗਦਾ ਜੀ ਪਹਿਲਾਂ ਨਾਲੋਂ, ਜਿਹੜਾ ਕਾਫੀ ਰੋਜ਼ ਹੀ ਰਿਕਾਰਡ ਟੁੱਟ ਜਾਂਦੇ ਸੀ, ਅੱਜ ਰਿਕਾਰਡ ਨਹੀਂ ਟੁੱਟਿਆ, ਅੱਜ ਪਿੱਛੇ ਨੂੰ ਆਇਆ ਕੰਮ ਥੋੜ੍ਹਾ ਜਿਹਾ। ਰੋਜ਼ ਹੀ ਵੱਧ ਚੜ ਕੇ ਹੁੰਦਾ ਸੀ, ਅਤੇ ਬਾਕੀ ਸਰਗਰਮ ਹੋਏ ਨੇ ਲੋਕ, ਕਰੋਨਾ ਵੀ ਸਰਗਰਮ ਹੈ ਕਾਫੀ ਸਾਰੇ ਲੀਡਰਾਂ ਨੂੰ, ਕਾਫੀ ਸਾਰੇ ਫਿਲਮੀ ਕਲਾਕਾਰਾਂ ਨੂੰ ਹੋਇਆ ਦੱਸਦੇ ਨੇ। ਹਾਂਜੀ ਹਾਂਜੀ, ਐਤਕੀ ਤਾਂ ਕਹਿਰਾ ਆ ਗਿਆ, ਪਿਛਲੀ ਵਾਰ ਤਾਂ ਹੋਇਆ ਕੁਛ ਨਹੀਂ, ਐਤਕੀ ਤਾਂ ਸਲਾਹ ਕੇ ਰੱਖ ਦਿੱਤਾ। ਇਹ ਚੇਂਜ ਆ ਜੀ, ਅੱਗੇ ਕਹਿੰਦੇ ਸੀ ਨਾ ਜੀ ਵੀ ਇੰਗਲੈਂਡ ਤੋਂ ਕੋਈ ਸਟੇਨ ਕਰੋਨਾ, ਹੁਣ ਇਹ ਭਾਰਤ ਵਾਲੇ ਕਰੋਨਾ ਤੋਂ ਲੋਕ ਡਰਦੇ ਨੇ, ਇਹ ਕੋਈ ਵੱਖਰਾ ਜਿਹਾ ਹੀ ਆ ਕਹਿੰਦੇ ਕੁਛ। ਹਾਂਜੀ, ਇਸ ਕਰਕੇ ਤਾਂ ਸਾਰੀ ਵਰਲਡ WHO ਨੇ ਫਲਾਈਟਾਂ ਫਲੂਟਾਂ ਇਹਨਾਂ ਨੇ ਤਾਂ ਹੀ ਰੋਕੀਆਂ ਵੀ ਇਹ ਕਰੋਨਾ ਕੋਈ ਹੋਰ ਚੀਜ਼ ਨਾ ਸੀ ਜਿਹੜਾ ਇਕਦਮ ਹੀ ਹਵਾ 'ਚ ਫੈਲੇ, ਖਤਰਨਾਕ ਜਿਹਾ ਖਤਰਨਾਕ। ਵੋਟਾਂ ਚ ਹੁਣ ਖਰਚਾ ਬਹੁਤ ਹੋ ਗਿਆ, 6,000 ਕਰੋੜ ਤੱਕ ਪੱਛਮੀ ਬੰਗਾਲ ਤੇ ਹੋ ਗਿਆ, ਪੂਰੇ ਵੀ ਕਰਨੇ ਉਹਨਾਂ ਨੇ ਹੁਣ।
ਬਾਹਰੋਂ ਤਾਂ ਗਵਰਨਮੈਂਟ ਹੈਲਪ ਕਰਦੀ ਜੇ ਇੱਥੇ ਪਬਲਿਕ ਨੂੰ ਕੋਈ ਮਿਲੂਗਾ ਤਾਂ ਹੀ ਆ ਜੀ। ਅਤੇ ਕੋਈ ਨਾ ਕੋਈ ਹਲਚਲ ਰਾਜਨੀਤੀ ਦੀ ਵੱਡੀ ਹੋਏਗੀ ਜੀ, ਜਿਹੜੇ ਜਿਵੇਂ ਕਹਿੰਦੇ ਵੀ ਜਦੋਂ ਬਾਰਿਸ਼ ਹੋਣੀ ਹੋਵੇ ਤਾਂ ਹਵਾਵਾਂ ਦੇ ਵਿੱਚੋਂ ਨਮੀ ਦੀ ਖੁਸ਼ਬੂ ਆਉਣ ਲੱਗ ਪੈਂਦੀ ਆ, ਅਤੇ ਪੰਜਾਬ ਦੇ ਵਿੱਚੋਂ ਵੀ ਕੋਈ ਲੱਗਦਾ ਹੈ ਕੋਈ ਹਿਲਚਲ ਵੱਡੀ ਹੋਏਗੀ ਆਉਣ ਵਾਲੇ ਸਮੇਂ 'ਚ? ਹੋਏਗੀ, ਹੁਣ ਤਾਂ ਬਹੁਤ ਕੁਛ ਹੋਏਗਾ। ਜਿਵੇਂ ਜਿਵੇਂ ਨਵਜੋਤ ਸਿੱਧੂ ਅਤੇ ਕੈਪਟਨ ਦਾ ਹੁਣ ਪੇਚਾ ਪਿਆ, ਅਤੇ ਹੁਣ ਦੋ ਤਿੰਨ ਮੰਤਰੀ ਜਿਹੜੇ ਨੇ ਉਹ ਇਸ ਗੱਲ 'ਤੇ ਅੜ ਗਏ, ਉਹ ਜਿਹੜੇ ਇਸ ਗੱਲ ਤੋਂ ਖੁਸ਼ ਨਹੀਂ ਕਿ ਉਹ ਵਾਪਸ ਨਵਜੋਤ ਸਿੱਧੂ ਕਾਂਗਰਸ ਦੇ ਵਿੱਚ ਆਵੇ, ਅਤੇ ਉਹ ਕਹਿੰਦੇ ਜੀ ਕਾਰਵਾਈ ਹੋਣੀ ਚਾਹੀਦੀ ਹੈ। ਹਾਂਜੀ, ਹੁਣ ਬਹੁਤ ਕੁਛ ਬਦਲਣ ਆਇਆ। 25 ਤੱਕ ਉਹ ਸਾਡੇ ਪਹਿਲਾਂ ਮੇਰੇ ਲਕਸ਼ ਇਹ ਕਿ 25 ਲੱਖ ਦਾ ਸਭ ਕੁਛ ਹੋਰ ਹੋਣਾ ਜੀ, ਕੋਈ ਪਰਮਾਤਮਾ ਨਾਲ ਕੁਛ ਲਾ ਰਹਾ ਇਹ ਸਾਰਾ ਕੁਛ ਹੋਰ ਹੀ ਹੋਣਾ ਜਾਂ। ਚਲੋ ਜੀ, ਚੰਗਾ ਹੀ ਹੋਵੇ ਕੁਛ, ਪੰਜਾਬ ਦਾ ਬਹੁਤ ਬੁਰਾ ਹਾਲ ਚਾਰ 'ਚ ਫਿਰੇ ਹੋਣਾ ਚਾਹੀਦਾ। ਇਹ ਤਾਂ ਹੁਣ ਤਾਂ ਚਲੇ ਆ ਕੇ ਹੁਣ ਤਾਂ ਬਹੁਤ ਬੁਰਾ ਹਾਲ ਹੈ ਇਸ ਟਾਈਮ ਦਾ। ਬਿਲਕੁਲ ਬਿਲਕੁਲ ਜੀ, ਤੁਹਾਡੇ ਵੱਲ ਮਾਹੌਲ ਕੀ ਠੀਕ ਹੈ? ਹਾਂਜੀ ਬਿਲਕੁਲ, ਬਹੁਤ ਸਹੀ ਆ ਇਸ ਟਾਈਮ, ਸਮਝਾ 0-1 ਕਰੋਨਾ ਠੀਕ ਆ। ਇਹ ਹਾਲੇ ਸਟੇਟ ਸਾਡੀ ਉਨੀ ਨਹੀਂ ਖੋਲੀ ਕਿਉਂਕਿ ਥੋੜ੍ਹੇ ਕੇਅਰਫੁਲ ਆ, ਪਰ ਠੀਕ ਆ। ਨਹੀਂ ਤਕਰੀਬਨ ਠੀਕ ਹੈ ਉਹਦਾ, ਹੁਣ ਵੇਖਿਆ ਥੋੜ੍ਹੀ ਜਿਹਾ ਡਿਸਟੈਂਸ ਦੇ ਨਾਲ ਲੋਕੀ ਆਪਣੇ ਆਪਣੇ ਧਿਆਨ ਦੇ ਨਾਲ ਕੰਮ ਕਰ ਰਹੇ ਨੇ ਸਹੀ। ਹਾਂ, ਕੰਮ ਤਾਂ ਖੁੱਲ੍ਹਣੇ ਚਾਹੀਦੇ, ਸਾਰੇ ਕੰਮ ਖੁੱਲ੍ਹਣੇ ਚਾਹੀਦੇ, ਇੰਨਾ ਕੋਈ ਡਰ ਨਹੀਂ ਹੈਗਾ ਜ਼ਿਆਦਾ। ਚਲੋ ਮਿਹਰਬਾਨੀ ਜੀ, ਕਾਲ ਕਰ ਵੈਕਸੀਨ ਵੀ ਇਹ ਸਾਰੇ ਇਲਾਕੇ ਹੀ ਆ, ਜਿੱਦਾਂ ਸਾਡੇ ਵੀ ਦੋ ਸਾਰੇ ਇੰਜੈਕਸ਼ਨ ਕਰਾਵੇ ਬੰਦੇ ਦੇ ਲੱਗ ਜਾਣ। ਹਾਂ, ਉਹ ਲਵਾਉਣੇ ਜ਼ਰੂਰੀ ਹੈ ਜੀ, ਉਹ ਅਸੀਂ ਇਹੀ ਬੇਨਤੀ ਕਰਦੇ ਹੁੰਦੇ, ਜਿਹੜੇ ਨਹੀਂ ਲਵਾਉਂਦੇ ਵੀ ਉਹਨੂੰ ਕੰਮ ਖਰਾਬ ਹੋਣਾ ਉਹਨਾਂ ਦਾ। ਹਾਂਜੀ ਹਾਂਜੀ ਹਾਂਜੀ, ਕੋਈ ਹੁਣ ਅੜੇ ਉਹ ਅੜੇ ਰਹਿਣੇ, ਉਹ ਤਾਂ ਚਲੋ ਉਹਨਾਂ ਦੀ ਮਰਜ਼ੀ ਆ। ਹਾਂਜੀ ਹਾਂਜੀ, ਚਲੋ ਠੀਕ ਹੈ ਜੀ, ਓਕੇ ਜੀ, ਓਕੇ। ਹੈਲੋ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਰਦਾਰ ਸੁਰਿੰਦਰ ਸਿੰਘ ਜੀ। ਹਾਂਜੀ, ਸਰਦਾਰ ਜਗਤਾਰ ਸਿੰਘ ਜੱਗੀ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ, ਹੋਰ ਸੁਣਾਓ, ਠੀਕ ਹੋ? ਅਤੇ ਕੀ ਵਿਚਾਰ ਨੇ ਵਾਰਿਸ ਸ਼ਾਹ ਨੂੰ ਪੈਸੇ ਪੜਿਆ ਉਦਾਂ ਹੋਣਾ ਆਪਣੇ? ਬਾਹਲਾ ਨਹੀਂ ਪੜਿਆ, ਕਿਸੇ ਕੁਸੇ ਪਹਿਲਾਂ ਛੋਟੇ ਹੁੰਦੇ ਪੜ੍ਹਦੇ ਰਹੇ, ਤਾਂ ਭੁੱਲ ਪਲ ਗਏ ਜੀ। ਜੀ, ਅਤੇ ਵਾਰਿਸ ਸ਼ਾਹ ਦੀ ਹੀਰ ਬੜੀ ਮਸ਼ਹੂਰ ਆ, ਵਾਰਿਸ ਸ਼ਾਹ ਨੇ ਸਾਰਾ ਬਹੁਤ ਵਧੀਆ ਲਿਖਿਆ। ਵਾਰਿਸ ਸ਼ਾਹ ਨਾਤਾਂ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਹਾਂਜੀ ਹਾਂਜੀ, ਅਤੇ ਵਾਰਿਸ ਸ਼ਾਹ ਨੇ ਜੰਗ ਵੀ ਲਿਖਿਆ ਮਹਾਰਾਜ ਦਾ, ਵਾਰਿਸ ਸ਼ਾਹ ਨੇ ਬਹੁਤ ਕੁਛ ਲਿਖਿਆ ਜੀ। ਬਿਲਕੁਲ ਬਿਲਕੁਲ, ਹਾਂਜੀ, ਉਹਨਾਂ ਨੇ ਕਾਫੀ ਕੁਛ ਲਿਖਿਆ, ਅਤੇ ਪਰ ਜ਼ਿਆਦਾ ਇਹ ਜਿਹੜੇ ਬਾਹੂ ਰਾਜਬੱਲੀ ਨੇ ਵੀ ਲਿਖੀਆਂ ਥੋੜ੍ਹੀ ਥੋੜ੍ਹੀਆਂ ਇਹਨਾਂ ਦੀਆਂ ਕਵਿਤਾ ਹੀਰ ਰਾਂਝੇ ਦੀਆਂ ਜੀ, ਉਹ ਮੈਂ ਬਾਹੂ ਰਾਜਬੱਲੀ ਦੀ ਕਹਾਂ ਤਾਂ ਸਾਨੂੰ ਸੁਣਾ ਦਵਾਂ ਚਾਰ ਲੈਣਾ ਜੀ, ਸੁਣਾ ਦਿਓ ਕੋਈ ਨਹੀਂ। ਹੀਰ ਹੱਥ ਪਾ ਕੇ ਡੋਲੀ ਨੂੰ ਰਾਂਝੇ ਗੱਲਾਂ ਗੋਲ ਖੜੋ ਕੇ ਪੁੱਛੀਆਂ, ਤੈਨੂੰ ਲੱਖ ਮੁਬਾਰਕ ਨੀਰ ਗਾਨੇ ਚੜੀਆਂ ਵਿਆਹ ਦੀਆਂ ਖੁਸ਼ੀਆਂ, ਤੂੜੇ ਛਣ ਛਣ ਕਰਦੇ ਐ ਹੱਥਾਂ ਵਿੱਚ ਚੂੜਾ ਗਲੇ ਵਿੱਚ ਮਾਲਾ, ਹੀਰੇ ਕੱਚੀਏ ਜਾਨ ਦੀਏ ਡੋਲੀ ਵਿੱਚ ਚੜ ਗਈ ਮਾਰ ਕੇ ਛਾਲਾ, ਵੇਲਾ ਚੇਤੇ ਕਰ ਲਾ ਨੀ ਜਦੋਂ ਸੱਦ ਲਿਆ ਬਾਪ ਦਾ ਮਾਹੀ, ਉਦੋਂ ਹੱਕ ਹੱਕ ਨਿਬੜੂਗਾ ਮੇਰੀ ਦਿਨ ਰੱਬ ਤੇ ਰਸੂਲ ਗਵਾਹੀ, ਅੱਜ ਕੁੱਲ ਚੱਕ ਦੁਸ਼ਮਣ ਦੀ ਤੇਰੇ ਬਿਨਾਂ ਹੋਰ ਕਿਹੜਾ ਘਰ ਪਾਲਾਂ, ਹੀਰੇ ਕੱਚੀਏ ਜਾਨ ਦੀਏ ਡੋਲੀ ਵਿੱਚ ਚੜ ਗਈ ਮਾਰ ਕੇ ਛਾਲਾ, ਬਾਦੀ ਹੱਥ ਸੋ ਛੁੱਟ ਗਈ ਨੀ ਮੇਰੇ ਰੰਜ ਕਰਨੇ ਗਿਲੇ ਕੁੱਲ ਵਾਧੂ, ਮੈਨੂੰ ਕਮਲਾ ਕਰ ਲਿਆ ਨੀ ਪਾ ਕੇ ਤੈਂ ਮਿੱਠੀਆਂ ਗੱਲਾਂ ਦਾ ਜਾਦੂ, ਪਰ ਲਾਂਕੇ ਕਲੇਜੇ ਚੋਂ ਤੇਰੇ ਦੋ ਨੈਣ ਰਫਲ ਦੀਆਂ ਨਾਲਾਂ, ਹੀਰੇ ਕੱਚੀਏ ਜਹਾਨ ਦੀ ਡੋਲੀ ਵਿੱਚ ਚੜ ਗਈ ਮਾਰ ਕੇ ਛਾਲਾਂ, ਵੇਲੀ ਸ਼ੂਕਣ ਨਾਗਣੀਆਂ ਨਦੀ ਚ ਸੰਸਾਰ ਦੇਖ ਸਾਰ ਸੁੱਕਦੇ, ਪੁਣ ਖਿੱਲੀਆਂ ਬਘਿਆੜਨੀਆਂ ਗਰਜਦੇ ਸ਼ੇਰ ਬਘੇਰੇ ਬੁੱਕਦੇ, ਮੰਗੂ ਚਾਰ ਸਿਆਲਾਂ ਦਾ 12 ਸਾਲ ਕੱਟ ਲੈ ਬੜੇ ਦੁੱਖ ਚਾਲਾਂ, ਹੀਰੇ ਕੱਚੀਏ ਜਹਾਨ ਦੀ ਡੋਲੀ ਵਿੱਚ ਚੜ ਗਈ ਮਾਰ ਕੇ ਛਾਲਾਂ, ਮੀਂਹ ਵਰਸ ਸਿਆਲੇ ਮੈਂ ਜਿਹੜੀ ਮੇਰੀ ਪੂਰੀ ਉੱਪਰਲੀ ਪਿਜਲੀ, ਮੇਰਾ ਰੱਬ ਰਖਵਾਲਾ ਨੀ ਸਿਰਾਂ ਤੋਂ ਮੁੜ ਕੇ ਕੜਕ ਕੇ ਬਿਜਲੀ, ਫਿਰ ਠੋਠੜ ਕਰਦਾ ਮੈਂ ਗਿੱਲੇ ਕਾਨੇ ਕਿਵੇਂ ਅੱਗ ਵਾਲਾ, ਹੀਰੇ ਕੱਚੀਏ ਜਹਾਨ ਦੀ ਚੜ ਗਈ ਡੋਲੀ ਮਾਰ ਕੇ ਛਾਲਾਂ, ਦੂਰੋਂ ਦੇਸ ਮਾਰੇ ਨੀ ਡਿੱਗਣ ਪੈ ਢਾਏ ਦਰਿਆ ਨਾ ਚੜਨਾ, ਕਦੇ ਮੋੜਾ ਲਾਮਣ ਨੂੰ ਮੈਨੂੰ ਪਵੇ ਭਰੀ ਵਿੱਚ ਨਾ ਵਿੱਚ ਵੜਨਾ, ਕੋਈ ਕੁੰਡ ਵਿੱਚ ਰਹਿ ਜੇ ਨਾ ਘੜੀ ਘੜੀ ਗਿਣ ਕੇ ਕਰਾਂ ਪੜਤਾਲਾਂ, ਹੀਰੇ ਕੱਚੀਏ ਜਹਾਨ ਦੀ ਡੋਲੀ ਵਿੱਚ ਚੜ ਗਈ ਮਾਰ ਕੇ ਛਾਲਾਂ, ਲੋੜ ਮੱਝੀਆਂ ਚ ਰਾਵਣ ਦੀ ਇੱਕ ਗੱਲ ਤੇ ਸੌ 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 ਚੁੱਕਦੀ, ਮੰਗੇ ਨੌਕਰ ਨੌਕਰੀਆਂ ਮੂੰਹੋਂ ਕੁਝ ਬੋਲ ਖੜੀ ਨਾ ਤੱਕਦੀ, ਤੇਰਾ ਚੂਚਕ ਬਾਬਲ ਨੀ ਕੱਢੇ ਵਿੱਚ ਸੱਸ ਦੇ ਖੜੋ ਕੇ ਗਾਲਾਂ, ਹੀਰੇ ਕੱਚੀਏ ਜਹਾਨ ਦੀ ਡੋਲੀ ਵਿੱਚ ਚੜ ਗਈ ਮਾਰ ਕੇ ਛਾਲਾਂ, ਬਾਬੂ ਇਸ਼ਕ ਮਜਾਤੀ ਨੇ ਲਾਈ ਜੋ ਅੱਗ ਦੀ ਅੰਗੀਠੀ ਵਲਦੀ, ਬਾਬੂ ਇਸ਼ਕ ਮਜਾਤੀ ਨੇ ਲਾਈ ਜੋ ਅੱਗ ਦੀ ਅੰਗੀਠੀ ਵਲਦੀ, ਜਮਾਂ ਤਖ਼ਤ ਹਜ਼ਾਰੇ ਨੂੰ ਆਖਦੇ ਟੁੱਟ ਗਈ ਜਵਾਨੋਂ ਜਲਦੀ, ਰਾਂਝਾ ਰੋਂਦਾ ਹੀਰੇ ਨੀ ਪੂਰੇ ਪੁਰ ਲੱਗੀਆਂ ਇਹਨਾਂ ਦੀਆਂ ਪਾਲਾਂ, ਹੀਰੇ ਕੱਚੀਏ ਜਹਾਨ ਦੀ ਡੋਲੀ
ਵਿੱਚ ਚੜਗੀ ਮਾਰ ਕੇ ਛਾਲਾ ਹੀਰੇ ਕੱਚੀਏ ਜਹਾਨ ਦੀਏ ਡੋਲੀ ਵਿੱਚ ਚੜਗੀ ਮਾਰ ਕੇ ਛਾਲਾ। ਮਿਹਰਬਾਨੀ ਸੁਰਿੰਦਰ ਸਿੰਘ ਜੀ, ਮਿਹਰਬਾਨੀ ਬਹੁਤ ਬਹੁਤ ਵਧੀਆ ਤੁਸੀਂ ਹੀਰ ਸੁਣਾਈ। ਵੈਸੇ ਹੀਰ ਦੀ ਗੱਲ ਜਦੋਂ ਚੱਲਦੀ ਹੈ ਤਾਂ ਵਾਰਿਸ਼ਾਂ ਦਾ ਜ਼ਿਕਰ ਆਉਂਦਾ। ਵੈਸੇ ਹੀਰ ਬਾਅਦ ਵਿੱਚ ਬਹੁਤ ਸਾਰੇ ਲੋਕਾਂ ਨੇ ਲਿਖੀ ਆ। ਅਤੇ ਨਾਲ ਦੀ ਨਾਲ ਅਸੀਂ ਇੱਕ ਬ੍ਰੇਕ ਦਾ ਸਮਾਂ ਆ ਗਿਆ, ਪਰ ਬ੍ਰੇਕ ਤੋਂ ਪਹਿਲਾਂ ਮੈਂ ਚਾਹਾਂਗਾ ਇੱਕ ਗੀਤ ਜ਼ਰੂਰ ਅਸੀਂ ਤੁਹਾਡੇ ਨਾਲ ਫਿਰ ਸਾਂਝਾ ਕਰੀਏ। ਆਸ਼ਾ ਸਿੰਘ ਮਸਤਾਨਾ ਦੀ ਹੀਰ ਜਿਹੜੀ ਹੈ ਉਹ ਵੀ ਬਹੁਤ ਮਸ਼ਹੂਰ ਹੋਈ ਸੀ, ਉਹਨਾਂ ਨੇ ਵੀ ਜਿਹੜੀ ਗਾਈ ਸੀ ਵਾਰਿਸ਼ਾਂ ਦੀ ਹੀਰ। ਉਹਨਾਂ ਨੇ ਇਹ ਗੱਲ ਕਹੀ ਸੀ, ਆਹ ਜਿਹੜਾ ਟੋਟਕਾ ਕਿਤੇ ਪ੍ਰੋਗਰਾਮ ਤੋਂ ਪਹਿਲਾਂ ਹੀ ਸੁਣਾਇਆ ਸੀਗਾ ਵੀ ਕਿਤਾਬ ਲੈਣ ਜਾਂਦਾ ਤਾਂ ਕਹਿੰਦਾ ਵੀ ਵਾਰਿਸ਼ਾਂ ਦੀ ਹੀਰ ਦੀ ਭਾਈ, ਉਹ ਕਹਿੰਦਾ ਵੀ ਹੀਰ ਤਾਂ ਰਾਂਝੇ ਦੀ ਸੀ, ਵਾਰਿਸ਼ਾਂ ਦੀ ਤਾਂ ਕਿਤਾਬ ਹੈ। ਸੋ ਵਾਰਿਸ਼ਾਂ ਦੀ ਜਿਹੜੀ ਹੀਰ ਆਸ਼ਾ ਸਿੰਘ ਮਸਤਾਨਾ ਨੇ ਗਾਈ ਹੈ। ਹਜ਼ਰਾ ਜੀ ਇੱਕ ਵਾਰ ਫਿਰ ਅਤੇ ਨਾਲ ਦੀ ਨਾਲ ਕਾਲਾਂ ਵਾਲੇ ਪਾਸੇ ਫਟਾਫਟ ਚੱਲਦੇ ਹਾਂ। ਮੈਨੂੰ ਲੱਗਦਾ ਵੀ ਗੀਤ ਦਾ ਹੋਰ ਟਾਈਮ ਨਹੀਂ ਲੱਗਣਾ ਕਿਉਂਕਿ ਅਗਲੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਜੁੜਨਗੇ ਸਾਡੇ ਮਹਿਮਾਨ, ਅਤੇ ਫਿਲਹਾਲ ਫਟਾਫਟ ਆਪਾਂ ਕਾਲਾਂ ਜਿਹੜੀਆਂ ਉਹ ਲੈ ਲੈਂਦੇ ਜੀ। ਹੈਲੋ ਜੀ ਸਰਦਾਰ ਜਗਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਧੀਰ ਸਾਹਿਬ ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ। ਗੁਰਪ੍ਰੀਤ ਸਕਾਈਪ ਕਰ ਦਿਓ ਹਜੇ ਇੱਕ ਮਿੰਟ। ਹਾਂਜੀ ਕੀ ਹਾਲ ਚਾਲ ਹੈ ਜੀ ਧੀਰ ਸਾਹਿਬ, ਠੀਕ ਠਾਕ ਹੋ? ਹਾਂਜੀ ਬਿਲਕੁਲ ਠੀਕ ਹੈ। ਅੱਛਾ ਪਹਿਲਾਂ ਤਾਂ ਗੁਸਤਾਖੀ ਮਾਫ, ਅੱਜ ਮੇਰੇ ਚੈਨਲ ਦੇ ਉੱਤੇ ਤੁਹਾਡੀ ਪਿਕਚਰ ਹੀ ਆ ਰਹੀ ਆ, ਆਵਾਜ਼ ਨਹੀਂ ਆ ਰਹੀ। ਇਹ ਸਾਰੀ ਪ੍ਰੋਬਲਮ ਆ ਰਹੀ ਹੈ ਜਿਹੜੀਆਂ ਡੱਬੀਆਂ ਨੇ ਜਿਨ੍ਹਾਂ ਕੋਲ, ਉਹਨਾਂ ਡੱਬੀਆਂ 'ਚ ਪ੍ਰੋਬਲਮ ਆ ਰਹੀ ਹੈ। ਬਾਕੀ ਤਾਂ ਸਾਰੇ ਸਟੇਸ਼ਨ ਠੀਕ ਆ ਰਹੇ ਨੇ, ਆਵਾਜ਼ ਵੀ ਠੀਕ ਆ ਰਹੀ ਆ, ਪਹਿਲਾਂ ਜੂਹੀ ਚਾਵਲਾ ਬਾਰੇ ਕੁਛ ਦੇਖ ਰਿਹਾ ਸੀ ਮੈਂ, ਉਹ ਕੀ ਦਿਖਾ ਰਹੇ ਸੀ ਤੁਸੀਂ? ਨਹੀਂ ਉਹ ਵਾਰਿਸ਼ਾ, ਹੀਰ ਵਾਰਿਸ਼ਾ ਫਿਲਮ ਆਈ ਸੀ ਗੁਰਦਾਸ ਮਾਨ ਦੀ ਇੱਕ, ਉਹਦਾ ਸੀ ਗੀਤ ਉਹ। ਅੱਛਾ ਤੁਹਾਨੂੰ ਬੁੱਲ ਹਿਲਦੇ ਦੱਸਦੇ ਹੋਣੇ ਇਕੱਲੇ। ਚਲੋ ਖੈਰ, ਵਾਰਿਸ਼ਾ ਦੀ ਅੱਜ ਗੱਲ ਕਰਦੀ, ਤੁਸੀਂ ਕੀ ਕਹਿਣਾ ਚਾਹੁੰਦੇ ਜੀ? ਵਾਰਿਸ਼ਾ ਬਾਰੇ ਗੱਲ ਕਰਨੀ? ਨਹੀਂ ਨਹੀਂ ਤੁਸੀਂ ਕੋਈ ਵੀ ਗੱਲ ਕਰੋ, ਕੋਈ ਵੀ ਗੱਲ ਕਰੋ, ਟੌਪਿਕ ਸਾਡਾ ਵੈਸੇ ਕੋਈ ਵੀ ਹੁੰਦਾ ਅੱਜ। ਅੱਜ ਤਾਂ ਮੈਂ ਇਹੀ ਗੱਲ ਕਰਨੀ ਚਾਹੁੰਦਾ ਵੀ ਜੋ ਕੁਛ ਵੀ ਹੋ ਰਿਹਾ ਸਾਡੇ ਉੱਤੇ ਦੇਸ਼ ਦੇ ਵਿੱਚ, ਕੋਈ ਚੰਗਾ ਨਹੀਂ ਹੋ ਰਿਹਾ ਜੀ। ਤੇ ਬਾਕੀ ਮਨ ਦੁਖੀ ਹੁੰਦਾ ਦੇਖ ਕੇ ਜੋ ਕੁਛ ਉੱਥੇ ਦੀ ਸਰਕਾਰ ਕਰ ਰਹੀ ਆ, ਜੋ ਮਤਲਬ ਲੋਕ ਵੀ ਅਣਗਹਿਲੀ ਵਰਤਦੇ ਨੇ, ਲੋਕ ਵੀ ਨਹੀਂ ਤਾਂ ਇੰਨਾ ਕੁਛ ਕਰ ਰਹੇ। ਤੇ ਇੱਥੇ ਸਾਡੇ ਤਾਂ ਵੈਕਸੀਨੇਸ਼ਨ ਬੜੀ ਧੜਾਧੜ ਲੱਗ ਰਹੀ ਹੈ, ਪਰ ਤੁਹਾਡੇ ਜੋ ਬਾਈਡਨ ਦਾ 71% ਉੱਪਰ ਚਲਿਆ ਗਿਆ ਪਾਪੂਲਰਿਟੀ, ਉਹਦਾ ਰੇਟ ਦੇਖ ਲਓ। ਹਾਂਜੀ ਹਾਂਜੀ, ਨਹੀਂ ਉਹਨੇ ਕੰਮ ਵੀ ਕਾਫੀ ਅੱਛੇ ਕੀਤੇ। ਹਾਂਜੀ ਕੰਮ ਵੀ ਚੰਗਾ ਕੀਤਾ। ਡੋਨਲਡ ਟਰੰਪ ਕਹਿੰਦਾ ਸੀ ਮੇਰੇ ਜਾਣ ਦੇ ਬਾਅਦ ਸਟਾਕ ਮਾਰਕੀਟ ਕ੍ਰੈਸ਼ ਕਰ ਜੂਗੀ, ਰਿਸੈਸ਼ਨ ਆ ਜੂਗਾ, ਲੇਕਿਨ ਹੋਇਆ ਇਹਦੇ ਬਿਲਕੁਲ ਉਲਟ। ਜੀ ਬਿਲਕੁਲ ਬਿਲਕੁਲ, ਜਿੰਨੀ ਤੇਜ਼ੀ ਨਾਲ ਜੋ ਬਾਈਡਨ ਨੇ ਕੰਮ ਕੀਤਾ, ਵੈਕਸੀਨੇਸ਼ਨ ਡਿਸਟ੍ਰੀਬਿਊਟ ਕੀਤੀ ਆ, ਹਾਂਜੀ ਅਸੀਂ ਤਾਂ ਹੈਰਾਨ ਰਹਿ ਗਏ, ਬਹੁਤ ਚੰਗਾ ਕੰਮ ਕੀਤਾ। ਤੇ ਹੋਰ ਮੈਂ ਇਸ ਤਰ੍ਹਾਂ ਜ਼ਿਆਦਾ ਕੀ ਕਹਿ ਸਕਦਾ ਆਪਣੇ ਇੰਡੀਆ ਦੇ ਨਾਲ, ਸਾਨੂੰ ਬਹੁਤ ਦੁੱਖ ਆ, ਉੱਥੇ ਗੰਗਾ ਦਰਿਆ ਦੇ ਵਿੱਚ ਲਾਸ਼ਾਂ ਸੁੱਤੀਆਂ ਜਾ ਰਹੀਆਂ ਨੇ, ਬਹੁਤ ਬੁਰਾ ਹਾਲ ਹੈ ਜੀ। ਹੁਣ ਤੁਸੀਂ ਦੇਖੋ ਗੰਗਾ ਦਰਿਆ ਦਾ ਵੀ ਪਾਣੀ ਖਰਾਬ ਹੋ, ਜਿਹੜੇ ਲਾਸ਼ਾਂ ਨੂੰ ਬਾਹਰ ਸਿੱਟੀਆਂ ਜਾਂਦੀਆਂ ਨੇ, ਕੁੱਤੇ ਖਾਣਗੇ, ਕੁੱਤੇ ਵੀ ਫਿਰ ਇਸ ਬਿਮਾਰੀ ਨਾਲ ਮਰਨਗੇ, ਤੇ ਬਿਮਾਰੀ ਤਾਂ ਹੋਰ ਵੀ ਜ਼ਿਆਦਾ ਫੈਲੂਗੀ। ਬਹੁਤ ਬੁਰਾ ਹਾਲ ਹੈ ਜੀ, ਬਹੁਤ ਬੁਰਾ ਹਾਲ ਆ। ਹਜੇ ਪਰਮਾਤਮਾ ਤੇ ਯਾ ਡੋਰਾ, ਸਰਕਾਰਾਂ ਤੇ ਤਾਂ ਕੁਛ ਨਹੀਂ ਕੀਤਾ। ਤੇ ਮੈਂ ਇੱਕ ਵੀਡੀਓ ਸੁਣ ਰਿਹਾ ਸੀ, ਕੋਈ ਹਿੰਦੀ ਸਪੀਕਿੰਗ ਬੰਦਾ ਸੀ, ਕਹਿੰਦਾ ਵੀ ਇੰਨੀ ਘਟੀਆ, ਕਹਿੰਦਾ ਗੌਰਮੈਂਟ ਮੈਂ ਕਦੇ ਨਹੀਂ ਦੇਖ ਰਹੀ, ਜਿੱਥੇ ਉਹ ਕਹਿੰਦੇ ਆ ਬੰਦਾ ਮਰਦਾ 20 ਲੱਖ ਤੇ ਇੱਕ ਸ਼ੋਅ ਕਰਦੇ ਨੇ 2 ਲੱਖ। ਗੱਲਬਾਤ ਲੰਬੀ ਜਿਹੜੀ ਫਿਰ ਕਰਾਂਗੇ, ਕਿਉਂਕਿ ਅੱਜ ਹੁਣ ਬ੍ਰੇਕ ਤੋਂ ਬਾਅਦ ਜਿਹੜੇ ਸਾਡੇ ਮਹਿਮਾਨ ਸਾਡੇ ਨਾਲ ਜੁੜਨੇ ਨੇ, ਅਸੀਂ ਇਲੈਕਸ਼ਨਾਂ ਦੀ ਅਕਸਰ ਗੱਲ ਕਰੀ ਦੀ ਹੈ, ਇਲੈਕਸ਼ਨਾਂ ਗੁਰੂ ਘਰਾਂ ਦੇ ਵਿੱਚ। ਵੈਸੇ ਤਾਂ ਅਸੀਂ ਇਸ ਹੱਕ ਵਿੱਚ ਹੈ ਨਹੀਂ ਕਿ ਇਲੈਕਸ਼ਨਾਂ ਗੁਰੂ ਘਰਾਂ ਦੇ ਵਿੱਚ ਹੋਣੀਆਂ ਚਾਹੀਦੀਆਂ, ਪਰ ਫਿਰ ਵੀ ਹੋ ਰਹੀਆਂ ਨੇ, ਜਿੱਥੇ ਉੱਥੇ ਸਭ ਨੂੰ ਸਾਥ ਦੇਣਾ ਚਾਹੀਦਾ। ਯੂਬਾ ਸਿਟੀ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਗੁਰੂ ਘਰ ਹੈਗਾ, ਉੱਥੇ ਇਲੈਕਸ਼ਨਾਂ 15 ਤੇ 16 ਮਈ ਨੂੰ ਹੈਗੀਆਂ ਨੇ, ਉਹਦੇ ਬਾਰੇ ਥੋੜ੍ਹੀ ਬਹੁਤ ਗੱਲਬਾਤ ਕਰਾਂਗੇ ਇਸ ਸੈਗਮੈਂਟ ਤੋਂ ਬਾਅਦ। ਫਿਲਹਾਲ ਦੇਖਦੇ ਰਹੋ ਜਸ ਪੰਜਾਬੀ, ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹਾਜ਼ਰ ਹੈ ਜੀ, ਜਿਵੇਂ ਮੈਂ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਵੈਸੇ ਤਾਂ ਇਲੈਕਸ਼ਨਾਂ ਦੇ ਅਸੀਂ ਹੱਕ 'ਚ ਹੈ ਨਹੀਂ, ਗੁਰੂ ਘਰਾਂ ਦੇ ਵਿੱਚ ਸਿਲੈਕਸ਼ਨ ਹੋਣੀ ਚਾਹੀਦੀ ਹੈ, ਪਰ ਫਿਰ ਵੀ ਜੇ ਇਲੈਕਸ਼ਨ ਹੋ ਰਹੀ ਹੈ ਤਾਂ ਉਹਦੇ ਵਿੱਚ ਸਾਨੂੰ ਸਹੀ ਬੰਦਿਆਂ ਦਾ ਸਾਥ ਦੇਣਾ ਚਾਹੀਦਾ, ਜਿਨ੍ਹਾਂ ਨੂੰ ਵੀ ਤੁਸੀਂ ਸਹੀ ਸਮਝਦੇ ਹੋ। ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਜਦੋਂ ਵੀ ਕੋਈ ਗੱਲ ਕਰਦੇ ਹਾਂ, ਅਸੀਂ ਅਗਰ ਦੋ ਪਾਰਟੀਆਂ ਨੇ, ਦੋ ਧਿਰਾਂ ਨੇ, ਦੋਹਾਂ ਦੀ ਅਸੀਂ
गल तुहाडे नाल करवाउण दी कोशिश करी दी आ। युबा सिटी का जिक्र किया सी मैं, पूरी दुनिया के मेरे ख्याल कोई अगर मशहूर गुरु घर है तो युबा सिटी का हैगा, नगर कीर्तन का पूरी दुनिया के देखा जाता, पूरी दुनिया तो संगत इत्थे नगर कीर्तन वेले आउंदी आ। तो उत्थे साध संगत स्लेट जिहड़ी हैगी जी उन्हां वल्लों साडे नाल कुछ मैंबर जुड़े ने, सरबजीत सिंह थियाड़ा ते उन्हां दे साथी जुड़े ने, उन्हां नाल गलबात करदे आ ते जानदे आ उन्हां को इलैक्शनां दा विचार जी। सारी संगत नूं जी, सरबजीत थियाड़ा साहब तुहानूं ते सब नूं प्यार भरी सति श्री अकाल ते फतेह अर्जा जी। वाहिगुरू जी का खालसा, वाहिगुरू जी की फतेह जी। सरबजीत थियाड़ा जी, वैसे तो असीं इस हक च है नहीं कि गुरु घर च इलैक्शनां होण, चलो हो रही ने तुहाडे, तो की तुहाडे एजेंडे हैगे आ, की तुसीं करता पिछले दिनों च काम, लंबा समा तुसीं पहलां भी सेवा कीती है ते आउण वाले समें च की करोगे? ਇਲੈਕਸ਼ਨ ਕੋਈ ਵੀ ਨਹੀਂ ਚਾਹੁੰਦਾ ਸਾਡਾ ਗਰੁੱਪ ਜਿਹੜਾ ਹੈ ਗਰੁੱਪ ਇਹ ਚਾਹਦਾ ਕਿ ਜਿਹੜਾ ਇਲੈਕਸ਼ਨ ਦੀ ਇਲੈਕਸ਼ਨ ਚਾਹੁੰਦਾ ਸੀ ਕਿ ਗੁਰੂ ਘਰ ਦੇ ਵਿੱਚ ਅਸੀਂ ਇਕੱਠੇ ਹੋ ਕੇ ਕੋਈ ਢੰਗ ਤਰੀਕੇ ਦੇ ਨਾਲ ਕੋਸ਼ਿਸ਼ ਵੀ ਕੀਤੀ ਜਿਹੜੇ ਇਹ ਇਲੈਕਸ਼ਨ ਨੂੰ ਨਾ ਹੋ ਸਕੇ ਇਕੱਠੇ ਹੋ ਕੇ ਸਲੇਟ ਬਣਾਈ। ਸਾਡੇ ਸੁਜੈਸ਼ਨ ਸੀਗੇ ਸੰਘ ਦੇ ਨਾਲ, ਅਸੀਂ ਸਾਰੀ ਸੰਘ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਕਿਸੇ ਨਾ ਕਿਸੇ ਤਰ੍ਹਾਂ ਇਲੈਕਸ਼ਨ ਰੋਕ ਸਕੇ, ਪਰ ਉਹ ਤੋਂ ਬਾਅਦ ਨਹੀਂ ਹੋ ਸਕੀ। ਤੋ ਆਪਣੇ ਕੋਲ 31 ਮੈਂਬਰ ਇਲੈਕਸ਼ਨ ਦੇ ਲਈ ਜਿਹੜੀ 15-16 ਨੂੰ ਦਿੱਲੀ ਦੇ ਵਿੱਚ ਹੋ ਰਹੀ ਆ, ਮੇਰੇ ਨਾਲ ਵੱਡੇ ਬੜੇ ਭਾਈ ਜਗਜੀਤ ਸਿੰਘ ਬਾਜਵਾ, ਅਮਰੀਤ ਸੰਧੂ ਆਪਣੇ ਨਾਲ, ਜਸੋਤਾ ਸਾਹਿਬ ਬੈਠੇ ਵਿੱਚ, ਮੱਕੀ ਆਪਣੇ ਨਾਲ, ਰਾਏ ਸਾਹਿਬ ਬੈਠੇ ਆ। ਇਹ ਗੁਰੂ ਘਰ ਦੇ ਵਿੱਚ ਸੇਵਾ ਪਹਿਲਾਂ ਵੀ ਕਰਦੇ ਰਹੇ ਆ, ਹੁਣ ਵੀ ਸਾਡੇ ਨਾਲ ਆ। ਤੋ ਇਹਨਾਂ ਦੇ ਨਾਲ ਆਪਣੇ ਨਾਲ 31 ਮੈਂਬਰ ਹੋ ਰਹੇ ਆ ਜਿਹੜੇ ਸੰਗਤ ਨੇ ਸੰਗਤ ਦੀ ਤੇ ਬੇਨਤੀ ਕਰਕੇ ਬੜੇ ਹਨ ਵੀ ਜਿਹੜੇ ਆਪਾਂ ਗੁਰੂ ਘਰ ਨੂੰ ਵਧੀਆ ਤਰੀਕੇ ਨਾਲ ਚਲਾਵਾਂਗੇ। ਤੁਹਾਨੂੰ ਅੱਗੇ ਵੀ ਦੱਸ ਚੁੱਕੇ ਤੁਸੀਂ ਉਹਨੂੰ ਆਏ ਸੀਗੇ ਕਿ ਆਪਣੀ ਸਲੇਟ ਜਿਹੜੀ ਹੈਗੀ ਆ ਦਾਤ ਸੰਗ ਸਲੇਟ ਹੈ। ਸੋ ਅਸੀਂ ਇਹ ਚਾਹੁੰਦੇ ਵੀ ਜਿੰਨੇ ਵੀ ਤੁਹਾਡੇ ਜਸ ਦੇ ਰਿਵਿਊ ਕਰ ਰਹੇ ਆ, ਜਿਹੜੇ ਸੁਣ ਰਹੇ ਆ, ਚਾਹੇ ਜਸ ਟੀਵੀ ਦੇ ਉੱਤੇ ਚਾਹੇ ਯੂਟਿਊਬ ਦੇ ਉੱਤੇ, ਵੀ ਉਹਨਾਂ ਕੋਲ ਹੱਥ ਜੋੜ ਕੇ ਬੇਨਤੀ ਆ ਵੀ ਸਾਡੀ ਸਲੇਟ ਨੂੰ ਵੋਟ ਕਰੋ। ਜੇ ਕੁਛ ਕੋਈ ਵੀ ਚੀਜ਼ ਦੀ ਕਿਸੇ ਚੀਜ਼ ਦੀ ਘਾਟ ਆ ਜਾਂ ਸਾਨੂੰ ਲੋੜ ਆ ਆ ਕੇ ਸਾਡੇ ਕੋਲ ਦੱਸੋ, ਅਸੀਂ ਉਹ ਪੂਰੀ ਕਰਾਂਗੇ। ਤਾਂ ਬਾਕੀ ਜਗਦੀਪ ਸਿੰਘ ਬਾਜਵਾ ਇਹ ਆਪਣੇ ਸੀਨੀਅਰ ਆਪਣੇ ਸੀਨੀਅਰਾਂ ਨੇ ਜਿਹੜੇ ਆਪਾਂ ਪਹਿਲਾਂ ਇਹ ਸੰਘ ਦੀ ਸੇਵਾ ਕਰ ਚੁੱਕੇ ਹਨ। ਬਾਕੀ ਤੁਸੀਂ ਪੁੱਛੋ ਹੋਰ ਵੀ ਸਵਾਲ ਜਿਹੜਾ ਹੈਗਾ ਅਸੀਂ ਉਹਦਾ ਆਨਸਰ ਕਰਾਂਗੇ। ਧੰਨਵਾਦ ਹੈ ਜੀ। ਅਤੇ ਨਾਲ ਦੀ ਨਾਲ ਅਸੀਂ ਤੁਸੀਂ ਜਿਵੇਂ ਤੁਹਾਡੇ ਲਿਖਿਆ ਹੋਇਆ ਮੈਨੀਫੈਸਟੋ ਦੇ ਵਿੱਚ ਕਿ ਇੱਕ ਫਿਊਨਰਲ ਹੋਮ ਦੀ ਬਹੁਤ ਵੱਡੀ ਜ਼ਰੂਰਤ ਹੈਗੀ ਆ ਸਾਡੇ ਆਪਣੇ ਕੌਮ ਦਾ, ਆਪਣੇ ਪੰਜਾਬੀਆਂ ਵਾਸਤੇ, ਤਾਂ ਇੱਕ ਤਾਂ ਉਹ ਹੈਗਾ। ਅਤੇ ਅਸੀਂ ਜੇ ਬੱਚਿਆਂ ਨੂੰ ਨਾਲ ਜੋੜਨ ਦੀ ਗੱਲ ਕਰੀਏ ਸਾਡੇ ਧਰਮ ਦੇ ਜਾਂ ਸਾਡੇ ਵਿਰਸੇ ਦੇ, ਉਹਦੇ ਵਾਸਤੇ ਕੀ ਉਪਰਾਲੇ ਕੀਤੇ ਜਾਣਗੇ ਜੀ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਫਿਊਨਰਲ ਹੋਮ ਦੇ ਵਿੱਚ ਬਿਲਡਿੰਗ ਦੀ ਪੂਰੀ ਬਿਲਡਿੰਗ ਆ, ਪਲਾਨ ਬਣ ਚੁੱਕੀ ਆ। ਜਦੋਂ ਵੀ ਸਾਨੂੰ ਮਿਲਿਆ, ਮਤਲਬ ਕਿ ਜਦੋਂ ਸਾਡੇ ਆ ਫਾਈਨਲ ਡਿਸੀਜਨ ਹੋ ਗਿਆ ਇਲੈਕਸ਼ਨ ਦਾ, ਤਾਂ ਉਦੋਂ ਹੀ ਸ਼ੁਰੂ ਕਰਤਾ ਜਾਊਗਾ। ਅਤੇ ਬਾਕੀ ਜੋ ਸਕੂਲ ਵੀ ਆ ਬੱਚਿਆਂ ਦੇ ਸਕੂਲ ਵਾਸਤੇ, ਉਹ ਵੀ ਪ੍ਰੋਜੈਕਟ ਚੱਲ ਰਿਹਾ, ਕਈ ਛੇਤੀ ਤੋਂ ਛੇਤੀ ਕੋਸ਼ਿਸ਼ ਕਰ ਰਹੇ ਹਾਂ ਵੀ ਸਾਰੇ ਵਾਲੰਟੀਅਰਸ ਨੂੰ ਲਿਆ ਕੇ ਅਤੇ ਉਹਦੇ ਉੱਤੇ ਡਿਸਕਸ ਕੀਤਾ ਜਾਵੇ ਅਤੇ ਛੇਤੀ ਤੋਂ ਛੇਤੀ ਉਹ ਵੀ ਸਕੂਲ ਖੋਲ੍ਹਿਆ ਜਾਵੇ ਬੱਚਿਆਂ ਵਾਸਤੇ। ਤੋ ਜੀ ਬੜੀ ਬੜੀ ਚੰਗੀ ਗੱਲ ਹੈ ਜੀ, ਬਹੁਤ ਵਧੀਆ ਗੱਲ ਹੈ। ਅਤੇ ਨਾਲ ਦੀ ਨਾਲ ਇੱਕ ਮੈਂ, ਤੁਸੀਂ ਸਾਰੇ ਜਣੇ ਚਲੋ ਸਾਧ ਸੰਗਤ ਸਲੇਟ ਦੇ ਮੈਂਬਰ ਹੋ, ਸੇਵਾਦਾਰ ਹੋ, ਗੁਰੂ ਘਰ ਦੇ ਪੁਰਾਣੇ ਲੰਬੇ ਸਮੇਂ ਤੋਂ ਗੁਰੂ ਘਰ ਨਾਲ ਜੁੜੇ ਹੋ, ਅਤੇ ਅੱਗੇ ਤੁਸੀਂ ਇਲੈਕਸ਼ਨ ਅਸੀਂ ਮੰਨ ਲਓ ਵੀ ਤੁਸੀਂ ਇਹ ਇਲੈਕਸ਼ਨ ਜਿਹੜੀ ਹੈ ਜਿੱਤ ਜਾਂਦੇ ਹੋ, ਅਤੇ ਅੱਗੇ ਤੋਂ ਵੀ ਇਹ ਉਪਰਾਲੇ ਕਰੋਗੇ ਜੀ ਤੁਸੀਂ ਵੀ ਗੁਰੂ ਘਰ ਦੇ ਵਿੱਚ ਘੱਟੋ ਘੱਟ ਸਿਲੈਕਸ਼ਨ ਦੇ ਨਾਲ ਹੀ ਕਮੇਟੀ ਚੁਣੀ ਜਾਵੇ, ਸੇਵਾਦਾਰ ਚੁਣੇ ਜਾਣ ਜੀ? ਜਿਹੜੀ ਹਾਂ ਸਿਲੈਕਸ਼ਨ ਦੇ ਨਾਲ ਸਾਰਿਆਂ ਦਾ ਜਿਹੜਾ ਇਹ ਆ ਕਿ ਖਿਆਲ ਆਪਣੀ ਜਿਹੜੀ ਕਮਿਊਨਿਟੀ ਆ ਇਹਨੂੰ ਇਕੱਠੇ ਕਰਕੇ ਗਾਹਾਂ ਜਿਹੜੀ ਹੈਗੀ ਆ ਇਲੈਕਸ਼ਨਾਂ ਬੰਦ ਹੋਣ ਗਾਹਾਂ ਸਿਲੈਕਸ਼ਨ ਕੀਤੀ ਜਾਵੇ। ਜਿਹੜੇ ਸਾਡੀ ਸਾਰਿਆਂ ਦੀ ਇਹੀ ਸੋਚ ਹੈਗੀ ਆ ਆਹ ਇਲੈਕਸ਼ਨ ਜਦੋਂ ਮੁੱਕੀ ਅਸੀਂ ਇਨਵਾਲਵਮੈਂਟ ਆਪਣੀ ਕਮਿਊਨਿਟੀ ਦੀ ਨਾਲ ਕਰਾਂਗੇ। ਜਿਹੜੇ ਹੁਣ ਆਪਣੇ ਨਾਲ ਅਮਰੀਕ ਬੰਧੂ ਸਾਹਿਬ ਇਹ ਕੰਪਿਊਟਰ ਇੰਜੀਨੀਅਰ ਆ, ਕੰਪਿਊਟਰ ਆਪਣੇ ਨਿਆਣਿਆਂ ਨੂੰ ਸਕੂਲਾਂ ਦੇ ਵਿੱਚ ਜਿਹੜੀ ਆ ਉਹ ਆਪਣੀ ਸਿਆਦਾ ਸਕੂਲ ਦੇ ਵਿੱਚ ਕਰੂਗੇ। ਆਪਣੇ ਨਾਲ ਇਲੈਕਟ੍ਰੀਸ਼ਨ ਸਰਟੀਫਾਈਡ ਇਲੈਕਟ੍ਰੀਸ਼ਨ ਆ, ਬਿਲਡਿੰਗ ਬਣਾਉਣੀ ਆ ਉਹ ਆਪਣੇ ਨਾਲ ਰਾਏ ਸਾਹਿਬ ਤੇ ਉਹਦਾ ਚਾਰਜ ਹੋਊਗੇ। ਸੋ ਸਾਡੇ ਕੋਲ ਇੱਦਾਂ ਹੈ ਕਿ ਮਤਲਬ ਛੋਟਾ ਵਾਲੰਟੀਅਰ ਬਹੁਤ ਤਕੜੇ ਆ। ਸੋ ਜਿਹੜੀ ਸਾਡੀ ਟੀਮ ਆ, ਟੀਮ ਨੇ ਇਸ ਵੇਲੇ ਯੂਨਾਈਟਿਡ ਕੀਤੀ ਆ, ਜਿਹੜੇ ਤਰ੍ਹਾਂ ਤਰ੍ਹਾਂ ਦੇ ਪ੍ਰੋਫੈਸ਼ਨ ਨਾਲ ਆ, ਜਿਹੜੀ ਗੁਰੂ ਘਰ ਦੀ
ਸਾਡੇ ਨਾਲ ਬਿਲਡਿੰਗ ਬਣਾਉਣ ਦੇ ਵਿੱਚ, ਬਾਕੀ ਹੋਰ ਵੀ ਜਿਹੜੇ ਕੰਮ ਹੈਗੇ ਆ, ਕੈਂਪ ਲਾਉਣ ਦੇ ਵਿੱਚ, ਜਿਹੜੀਆਂ ਆਪਣੇ ਸਕੂਲ ਦੇ ਵਿੱਚ ਜਿਹੜੇ ਬੰਦ ਹੋ ਗਿਆ ਮੁੜ ਕੇ ਸ਼ੁਰੂ ਕਰਨ ਦੇ ਲਈ, ਸੋ ਸਾਡੇ ਕੋਲ ਟੀਮ ਜਿਹੜੀ ਹੈਗੀ ਆ ਉਹ ਗਾਹਾਂਗੇ ਸੈਗਮੈਂਟ ਦੇ ਵਿੱਚ, ਹੋਰ ਆਪਣੇ ਨਾਲ ਜਿਹੜੇ ਸਾਰੇ ਤਿਆਰ ਆ ਉਹ ਬੋਲੂਗੇ, ਦੱਸੂਗੇ ਤੁਹਾਨੂੰ ਇਸ ਚੀਜ਼ ਬਾਰੇ। ਪਰ ਇਸ ਵੇਲੇ ਜਿਹੜਾ ਸਾਡਾ ਸਿਚੁਏਸ਼ਨ ਹੈਗਾ ਵੀ ਅਸੀਂ ਇਸ ਜਗ੍ਹਾ ਕਮਿਊਨਿਟੀ ਨੂੰ ਇਕੱਠੇ ਕਰਨਾ, ਉਹੀ ਸਾਰੇ ਲੋਕ ਜਿਹਦੇ ਵਿੱਚ ਹੈਗੀ ਆ, ਅਤੇ ਗੁਰਦੁਆਰੇ ਦੇ ਵਿੱਚ ਕੋਈ ਸ਼ੌਕ ਨਹੀਂ ਸਾਡੇ ਗਰੁੱਪ ਨੂੰ ਵੀ ਗੁਰੂ ਘਰ ਦੇ ਪੈਸੇ ਖਰਾਬ ਕਰਨੇ ਜਾਂ ਇਲੈਕਸ਼ਨ ਕਰਾਉਣੇ। ਅਸੀਂ ਬਹੁਤ ਟਰਾਈ ਕੀਤੀ ਇਸ ਚੀਜ਼ ਦੀ ਕਿ ਇਲੈਕਸ਼ਨ ਨਾ ਹੋਵੇ, ਸਿਲੈਕਸ਼ਨ ਹੋ ਜਾਵੇ, ਪਰ ਅਸੀਂ ਉਸ ਚੀਜ਼ ਦੇ ਵਿੱਚ ਨਹੀਂ ਕਾਮਯਾਬ। ਮੈਂ ਅੱਜ ਵੀ ਕਹਿਣਾ ਚਾਹੁੰਦਾ, ਲਾਈਵ ਬੋਲਣਾ ਹੈ ਚਾਹੁੰਦਾ, ਇਹਦੇ ਵਿੱਚ ਕੁਲਦੀਪ ਦਿਹਾੜਾ, ਕਰਤਾਰ ਬੈਂਸ, ਉਹਨੇ ਬਹੁਤ ਕੋਸ਼ਿਸ਼ ਕੀਤੀ ਇਸ ਗਰੁੱਪਾਂ ਨੂੰ ਇਕੱਠੇ ਕਰਨ ਦੀ। ਉਹਨਾਂ ਨੂੰ ਵੀ ਲਿਆਵਾਂਗੇ ਤੁਹਾਡੇ ਨਾਲ ਟੀਵੀ ਦੇ ਉੱਤੇ, ਦੱਸੂਗੇ ਤੁਹਾਨੂੰ ਉਹਨਾਂ ਦੇ ਖਿਆਲ ਅਤੇ ਸਾਡੇ ਗਰੁੱਪ ਨੇ ਕੀ ਕੀਤਾ, ਦੂਜੇ ਗਰੁੱਪਾਂ ਨੇ ਕੀ ਕੀਤਾ। ਅਤੇ ਬਾਕੀ ਬੈਂਸ ਪਰਿਵਾਰ ਪੂਰੀ ਕੋਸ਼ਿਸ਼ ਦੇ ਉੱਤੇ ਆ, ਸਾਡੇ ਨਾਲ ਆ ਸਾਰੇ, ਦਰਬਾਰ ਸਿੰਘ ਬੈਂਸ, ਜਸਵੰਤ ਸਿੰਘ ਬੈਂਸ, ਦਲਾਰ ਸਿੰਘ ਬੈਂਸ, ਉਹ ਇਸ ਗਰੁੱਪ ਦੇ ਨਾਲ ਇਕੱਠੇ ਹੋ ਕੇ ਅਸੀਂ ਸਾਰੇ ਚਾਹੁੰਦੇ ਹਾਂ ਕਿ ਗੁਰੂ ਘਰ ਦੇ ਵਿੱਚ ਜਿਹੜੀ ਲੜਾਈ ਹੋ ਗਈ, ਤਾਂ ਕਹਾਂ ਆਪਾਂ ਗੁਰੂ ਘਰ ਦਾ ਕੁਛ ਬਣਾ ਸਕੀਏ। ਜੀ ਅਖੀਰ ਦੇ ਵਿੱਚ ਇਹ ਹੁਣ ਜਦੋਂ ਵੀ ਕਿਤੇ ਯੁਵਾ ਸ਼੍ਰੀ ਦਾ ਪੂਰੀ ਦੁਨੀਆ ਦੇ ਵਿੱਚ ਨਾਮ ਜ਼ਿਕਰ ਚੱਲਦਾ ਹੈ ਤਾਂ ਇੱਕਦਮ ਦਿਮਾਗ ਦੇ ਵਿੱਚ ਨਗਰ ਕੀਰਤਨ ਆ ਜਾਂਦਾ ਜੀ। ਹੁਣ ਨਗਰ ਕੀਰਤਨ ਪਿਛਲੇ ਸਾਲ ਨਹੀਂ ਹੋ ਸਕਿਆ, ਨਵੰਬਰ ਦੇ ਵਿੱਚ 2020 ਦੇ ਵਿੱਚ, ਅਤੇ ਪੂਰੀ ਦੁਨੀਆ 'ਚ ਹੁਣ ਸੰਗਤ ਜਿਹੜੀ ਦੇਖ ਰਹੀ ਹੋਊਗੀ, ਸੁਣ ਰਹੀ ਹੋਊਗੀ, ਸਰਜੀਤ ਥਿਆੜਾ ਸਾਹਿਬ, ਉਹਨਾਂ ਦੇ ਪਹਿਲਾਂ ਸਵਾਲ ਹੀ ਦਿਮਾਗ ਦੇ ਵਿੱਚ ਇਹ ਹੋਏਗਾ ਜੀ, ਇਸ ਵਾਰ 2021 ਦੀ ਅਗਰ ਅਸੀਂ ਗੱਲ ਕਰੀਏ ਤਾਂ ਨਗਰ ਕੀਰਤਨ ਦੀ ਕੀ ਸੰਭਾਵਨਾ ਜੀ? ਦੇਖੋ ਬਾਕੀ ਦਾ ਗੁਰੂ ਮਹਾਰਾਜ ਨੂੰ ਪਤਾ, ਜਿਹੜੀ ਕੋਵਿਡ-19 ਦੀ ਬਿਮਾਰੀ ਆ ਉਹਦੀ ਕੋਈ ਵਜ੍ਹਾ ਸੀਗੀ, ਜਿਹੜੀ ਵਜ੍ਹਾ ਕਰਕੇ ਨਗਰ ਕੀਰਤਨ ਨਹੀਂ ਹੋ ਸਕਿਆ, ਉਹ ਤੁਹਾਨੂੰ ਸਾਰਿਆਂ ਨੂੰ ਪਤਾ। ਸਿਚੁਏਸ਼ਨ ਇਸ ਵੇਲੇ ਸ਼ਾਰਟਸ ਲੱਗ ਰਹੇ ਆ, ਸਿਚੁਏਸ਼ਨ ਮੁੜ ਰਿਹਾ, ਸੰਗਤ ਜਿਹੜੀ ਹੈਗੀ ਆ ਵੀ ਤਿਆਰੀ ਦੇ ਵਿੱਚ ਆ, ਗੁਰੂ ਘਰ ਦੇ ਵਿੱਚ ਮਹਾਰਾਜ ਨੇ ਸਾਨੂੰ ਸੇਵਾ ਦਿੱਤੀ, ਇਸ ਮੁੜ ਵਿੱਚ ਆਪਾਂ ਕੋਸ਼ਿਸ਼ ਨਹੀਂ 100% ਕਰਾਂਗੇ ਅਤੇ ਜਿਹੜਾ ਗੁਰੂ ਘਰ ਦਾ ਜਿਹੜਾ ਦਿਹਾੜਾ ਮਨਾਇਆ ਜਾਂਦਾ ਨਗਰ ਕੀਰਤਨ ਉਹ ਮੁੜ ਕੇ ਜਿੱਦਾਂ ਅੱਗੇ ਹੁੰਦਾ ਸੀ ਉਹਦੇ ਨਾਲ ਵਧੀਆ ਕਰਾਇਆ ਜਾਵੇ। ਪਰ ਇਹ ਹੋਣਾ ਹੈਗਾ ਆਪਣੀ ਗਵਰਨਮੈਂਟ ਜਿਹੜੀ ਹੈਗੀ ਆ ਉਹਦੇ ਗਾਈਡੈਂਸ ਦੇ ਹਿਸਾਬ ਨਾਲ, ਆਪਣੇ ਹੱਥ ਬਸ ਉਹ ਗੱਲ ਹੈ। ਪਰ ਗੁਰੂ ਮਹਾਰਾਜ ਜੇ ਚਾਹਵੇ ਤਾਂ ਸਭ ਕੁਛ ਕਰ ਸਕਦਾ, ਸੋ ਆਪਾਂ ਗੁਰੂ ਮਹਾਰਾਜ ਨਾਲ ਕਹਿਣ, ਪਰ ਆਪਾਂ ਤਿਆਰ ਹਾਂ ਕਿ ਨਗਰ ਕੀਰਤਨ ਮਿਲੇ ਜੀ। ਬਹੁਤ ਮਿਹਰਬਾਨੀ ਜੀ, ਸਭ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਫਤਿਹ ਅਰਜ ਹੈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬਹੁਤ ਮਿਹਰਬਾਨੀ, ਸਾਡੇ ਨਾਲ ਸੀਗੇ ਯੂਬਾ ਸਿਟੀ ਤੋਂ ਜੁੜੇ ਹੋਏ ਸੀਗੇ, ਯੂਬਾ ਸ਼ਟਰ ਕਾਉਂਟੀ ਤੋਂ ਸਾਧ ਸੰਗਤ ਸਲੇਟ ਵੱਲੋਂ ਸਰਜੀਤ ਥਿਆੜਾ ਅਤੇ ਉਹਨਾਂ ਦੇ ਸਾਥੀ। ਸੋ ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ, ਬਿਲਕੁਲ ਸਭ ਦੀ ਗੱਲ ਜਿਹੜੀ ਆ ਉਹ ਸਾਡੇ ਦਰਸ਼ਕਾਂ ਸਾਹਮਣੇ ਰੱਖੀਏ, ਬਾਕੀ ਫੈਸਲਾ ਸਾਡੇ ਦਰਸ਼ਕਾਂ ਨੇ ਕਰਨਾ, ਖਾਸ ਤੌਰ 'ਤੇ ਯੂਬਾ ਸ਼ਟਰ ਕਾਉਂਟੀ ਦੇ ਜਿਹੜੇ ਲੋਕ ਨੇ ਉਹਨਾਂ ਨੇ ਕਰਨਾ। ਲਗਭਗ ਮੇਰੇ ਖਿਆਲ 6800 ਵੋਟ ਉੱਥੇ ਹੈਗੀ, 6869 ਅਤੇ ਉਹਨਾਂ ਨੇ ਫੈਸਲਾ ਕਰਨਾ 31 ਮੈਂਬਰ ਕਿਹੜੇ ਚੁਣਨੇ ਨੇ, ਕਿਹੜੇ ਸੇਵਾਦਾਰ ਚੁਣਨੇ ਨੇ, ਕਿਹੜੇ ਡਾਇਰੈਕਟਰ ਚੁਣਨੇ ਨੇ। ਸੋ ਉਹ 15 ਅਤੇ 16 ਮਈ ਨੂੰ ਇਲੈਕਸ਼ਨ ਹੈਗੀ ਹੈ। ਸੋ ਸਾਡੀ ਬੇਨਤੀ ਇਹ ਹੈ ਵੀ ਜਿਹੜੇ ਵੀ ਤੁਹਾਨੂੰ ਸਹੀ ਲੱਗਦੇ ਨੇ ਜੋ ਵੀ ਮੈਂਬਰ, ਉਹਨਾਂ ਨੂੰ ਚੁਣੋ ਜੋ ਕਿ ਗੁਰੂ ਘਰ ਦੀ ਸੇਵਾ ਕਰ ਸਕਣ, ਸਾਡੇ ਸਾਡੀ ਧਰਮ ਨੂੰ ਬੱਚਿਆਂ ਦੇ ਨਾਲ ਜੋੜ ਸਕਣ, ਬੱਚਿਆਂ ਨੂੰ ਧਰਮ ਨਾਲ ਜੋੜ ਸਕਣ, ਅਤੇ ਹੋਰ ਵੀ ਜਿਹੜੀ ਸਾਡੀ ਕੌਮ ਦੀ ਸਾਡੀ ਕੋਈ ਸੇਵਾ ਚੰਗੀ ਤਰ੍ਹਾਂ ਕਰ ਸਕਣ, ਉਹ ਮੈਂਬਰ ਅੱਗੇ ਆਉਣੇ ਚਾਹੀਦੇ ਆ। ਉਮੀਦ ਕਰਦਾ ਜੀ ਅੱਜ ਦਾ ਪ੍ਰੋਗਰਾਮ ਤੁਹਾਨੂੰ ਵਧੀਆ ਲੱਗਿਆ ਹੋਵੇਗਾ। ਕੋਈ ਵੀ ਜਾਣਕਾਰੀ ਚਾਹੁੰਦੇ ਹੋ ਜਾਂ ਜਾਣਕਾਰੀ ਦੇਣੀ ਚਾਹੁੰਦੇ ਹੋ, ਪੂਰੀ ਦੁਨੀਆ ਦੇ ਵਿੱਚ ਕੋਈ ਗੱਲ ਪਹੁੰਚਾਉਣੀ ਚਾਹੁੰਦੇ ਹੋ ਤਾਂ ਈਮੇਲ ਕਰ ਸਕਦੇ ਹੋ, jaggi@justbroadcasting.com ਜਾਂ ਫਿਰ info@justbroadcasting.com। ਫੇਸਬੁੱਕ, ਟਵਿੱਟਰ ਤੋਂ ਇਲਾਵਾ ਵਟਸਐਪ ਨੰਬਰ ਆ ਮੇਰਾ, ਸੈੱਲ ਨੰਬਰ ਸਭ ਕੋਲ ਹੈਗਾ, ਇੱਥੇ ਵੀ ਸੰਪਰਕ ਕਰ ਸਕਦੇ ਹੋ, 209-450-3362। ਅਖੀਰ ਦੇ ਵਿੱਚ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ ਰਹੋ, ਖੁਸ਼ ਰੱਖੋ, ਰੱਬ ਰਾਖਾ, ਜੀਵੇ ਪੰਜਾਬ, ਜੀਵੇ ਪੰਜਾਬੀ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ।